ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਆਵਾਜ਼ ਬੂਜ ਆਉਂਦੀ ਹੈ? ਰਾਮ ਰਾਮ ਬਾਈ, ਰਾਮ ਰਾਮ। ਠੀਕ ਆ ਵੀਰੇ, ਠੀਕ ਆ। ਸਕਾਟ ਵਾਲੇ ਹੋ? ਸ਼ਰਮਦੀਪ ਗਿੱਲ ਅੰਬਰਸਰ ਤੋਂ ਬੱਲੇ ਚੜ੍ਹਾਈ ਹੈ। ਅੰਬਰਸਰ ਵਾਲੇ ਕਿੰਨੇ ਕਿੰਨੇ? ਹੋਰ ਸੁਣਾਓ ਸਾਰੇ, ਕਿਵੇਂ ਜੀਰੀਆਂ ਜੂਰੀਆਂ ਫਸਲਾਂ ਫੁਸਲਾਂ ਉੱਕੇ ਨੇ? ਵੀਡੀਓ ਨਹੀਂ ਚੱਲਦੀ, ਸਮਝ ਨਹੀਂ ਆਈ ਬਾਈ। ਮੈਨੂੰ ਤਾਂ ਭੁੱਲ ਹੀ ਗਏ ਚਾਚਾ ਜੀ। ਗੁਰਦੇਵ, ਅੱਛਾ ਗੁਰਦੇਵ। ਉਹ ਨਹੀਂ ਵੀਰੇ, ਤੈਨੂੰ ਕਾਹਨੂੰ ਭੁੱਲੇ ਹਾਂ। ਹੋਰ ਸੁਣਾਓ, ਕੀ ਬਣਦਾ ਬੁਣਦਾ? ਰਹੀ ਆ ਜੀਰੀ ਸਿਰਸਾ ਹਰਿਆਣਾ। ਵਧੀਆ ਜੀ, ਵਧੀਆ, ਕਿਰਪਾ। ਭੀੜ 955, ਅੱਛੀ ਗੱਲ ਹੈ ਜੀ। HSB ਕਿਸਾਨ ਪ੍ਰੋਡਕਸ਼ਨ, ਹਰਜੀਤ ਸਿੰਘ ਬਲਿੰਗ। ਕੀ ਹਾਲ ਆ ਭਤੀਜਾ? ਸੁਣਾਓ ਨਵੀਆਂ ਤਾਜ਼ੀਆਂ। ਚੱਲ ਦਰਸ਼ਨ ਮੇਲੇ ਕਰ ਲਈਏ ਸਾਰਿਆਂ ਦੇ। ਕਹੀ ਜੀ, ਵੀਡੀਓ ਵੂਡੀਓ ਪਾਈਏ। 11:21 ਅੰਮ੍ਰਿਤਸਰ ਆ ਗਈ। ਸ਼ਮਸ਼ੇਰ ਗਿੱਲ, ਉਹ ਸ਼ਮਸ਼ੇਰ ਗਿੱਲ ਸਾਹਿਬ, ਕਿਹੜਾ ਏਰੀਆ ਤੁਹਾਡਾ ਅੰਮ੍ਰਿਤਸਰ? ਟੈਲੀਫੋਨ ਕਰਿਓ ਮੈਨੂੰ, 7658-8061 ਨੰਬਰ ਆ, ਫੇਸਬੁੱਕ ਤੋਂ ਨੰਬਰ ਲੈ ਲਿਓ, 7658-8061। ਰੇਹਟ 9 ਰੋਟਾਵੇਟਰ ਮੈਂ ਕਿਤਨਾ ਟਾਈਮ ਲਿਆ ਇੱਕ ਕਿੱਲੇ ਮਾਂ? ਕੋਈ ਸਮਝ ਨਹੀਂ ਆਈ ਬਾਈ, ਕੀ ਕਹਿ ਰਹੇ ਹਾਂ? ਕਿੱਲਾ ਮਾਂ ਨੱਕੂ ਕੀ ਹੁੰਦਾ ਵੀਰੇ? ਇਹ ਡੀਜ਼ਲ ਡੂਜ਼ਲ ਨਾ ਭਾਈ ਬਣ ਕੇ ਪੁੱਛਿਆ ਕਰੋ। ਡੀਜ਼ਲ ਦੀ ਕੋਈ ਲਿਮਿਟ ਨਹੀਂ ਹੁੰਦੀ। ਡੀਜ਼ਲ 5 ਲੀਟਰ ਤੋਂ ਲੈ ਕੇ ਟਰੈਕਟਰ 15 ਲੀਟਰ ਤੱਕ ਖਾ ਜਾਂਦਾ ਜੇ ਤੁਸੀਂ ਲੋਡ ਪਾਉਂਦੇ ਹੋ। ਮੈਂ ਤੁਹਾਨੂੰ ਕਹਿ ਦਾਂ 6 ਖਾਊਗਾ, ਤੁਹਾਡੇ ਕੋਲ 11 ਖਾ ਜਾਵੇ। ਟਰੈਕਟਰ ਤਾਂ ਜਿੰਨੀਆਂ ਮਰਜ਼ੀ ਕੋਈ ਗੱਲਾਂ ਮਾਰੀ ਜਾਵੇ, ਮੈਸੀ ਵੀ 10-11 ਲੀਟਰ ਡੀਜ਼ਲ ਖਾ ਜਾਂਦਾ ਜੇ ਬੜਾਂਗਾ ਕਰਦੀ ਹੈ। 10 ਲੀਟਰ 241 ਬੜੇ ਆਰਾਮ ਨਾਲ ਖਾ ਜਾਂਦਾ। ਸੋ ਟਰੈਕਟਰ ਦਾ ਜਿਹੜਾ ਡੀਜ਼ਲ ਆ, ਇਹਦਾ ਨਾਮ ਪੁੱਛਿਆ ਕਰੋ। ਇਹ ਤਾਂ ਸਾਰਾ ਲੋਡ 'ਤੇ ਡਿਪੈਂਡ ਆ, ਤੁਹਾਡਾ ਕਿੰਨਾ ਲੋਡ ਆ, ਕੀ ਹਿਸਾਬ ਕਿਤਾਬ ਆ। ਸਤਿ ਸ਼੍ਰੀ ਅਕਾਲ ਜੀ। ਟਾਈਮ ਭਾਈ, ਕੀ ਟਾਈਮ ਯਾਰ, ਸਮਝ ਨਹੀਂ ਬ੍ਰਦਰ ਆ ਰਹੀ ਤੇਰੀ, ਕੀ ਗੱਲ ਕਰੀ ਜਾਂਦਾ ਟਾਈਮ ਦਾ ਯਾਰ? ਐਂ ਮੈਂ ਕਿਵੇਂ ਦੱਸਦਾ, ਮੈਨੂੰ ਕੀ ਪਤਾ ਕਿਹੜੇ ਗੇਅਰ 'ਚ ਕਿੰਨੇ RPM 'ਤੇ ਚਲਾਉਂਦੇ ਹੋ? ਇੱਦਾਂ ਨਹੀਂ ਟਾਈਮ ਦਾ ਪਤਾ ਲੱਗਦਾ ਹੁੰਦਾ, ਪਲੀਜ਼ ਸਿਆਣੇ ਬਣਿਆ ਕਰੋ। ਇੱਦਾਂ ਟਾਈਮ ਮੈਂ ਕਿਵੇਂ ਦੱਸ ਸਕਦਾ ਤੁਹਾਨੂੰ ਵੀ ਕਿੰਨਾ ਟਾਈਮ? ਕਿਸੇ ਚੀਜ਼ ਦਾ ਇੱਦਾਂ ਕੋਈ ਟਾਈਮ ਨਹੀਂ ਹੁੰਦਾ। ਟਾਈਮ ਤਾਂ ਤੁਸੀਂ ਕਿਹੜੇ ਗੇਅਰ 'ਚ, ਡਰਾਈਵਰ ਕਿਹੋ ਜਿਹਾ ਕੀ ਆ ਜਾਂ ਕਿੱਦਾਂ, ਉਹਦੇ 'ਤੇ ਸਾਰਾ ਡਿਪੈਂਡ ਆ। ਟਿੱਡੇ ਦੀ ਸਪਰੇਅ ਅਸੀਂ ਕੀਤੀ ਆ ਬਾਈ, ਮੈਂ ਤਾਂ ਕੀਤੀ ਆ। 1 ਮਿੰਟ ਬਾਈ, ਮੈਂ ਤੇਰਾ ਨੰਬਰ ਨੋਟ ਕਰ ਲਾਂ। 98144-23-233। ਹਾਂਜੀ, ਹੋਰ ਸੁਣਾਓ ਨਵੀਆਂ ਤਾਜ਼ੀਆਂ। ਵੀਰ, ਪਿੰਡ ਕਿਹੜਾ ਤੁਹਾਡਾ? ਪਿੰਡ ਪਾਸੋਂ ਆ ਜੀ, ਮੱਖਣ ਸਿੰਘ ਪੰਗੂ ਸਾਹਿਬ। ਮਾਜਰੀ ਦੇ ਮੇਲੇ 'ਤੇ ਕੌਣ ਕੌਣ ਗਿਆ ਸਾਡੇ ਪਿੰਡੋਂ, ਸਾਡੇ ਏਰੀਏ 'ਚੋਂ? ਸੋਰੀ, ਮਾਜਰੀ ਦਾ ਮੇਲਾ ਸੀ ਅੱਜ, ਮੈਂ ਤਾਂ ਮੇਲੇ 'ਤੇ ਗਿਆ ਨਹੀਂ ਕਦੇ, 20 ਸਾਲ ਹੋ ਗਏ ਮੈਨੂੰ ਤਾਂ ਮੇਲੇ ਛੱਡੇ ਨੂੰ। ਬੈਲਾਰੂਸ ਬਾਈ ਜੀ, ਵਧੀਆ ਨਹੀਂ ਲੱਗਾ ਬੈਲਾਰੂਸ, ਕੋਈ ਆਇਆ ਹੂਆ ਨਹੀਂ, ਕੁਛ ਨਹੀਂ ਗੱਲ, ਕੋਈ ਬੈਲਾਰੂਸ ਦਾ ਕੋਈ ਓਫੀਸ਼ੀਅਲ ਲਾਂਚਿੰਗ ਨਹੀਂ, ਨਾ ਕੋਈ ਪਲਾਂਟ ਹੈ, ਨਾ ਕੋਈ ਲੈਣ, ਨਾ ਕੋਈ ਦੇਣ। ਕਿਹੜੀ ਵੀਰ, ਕਿਹੜੀ ਕਿਹੜੀ ਕਹਿੰਦੇ ਹੋ?
ਕਬੋਟਾ ਵਧੀਆ ਯਾਰ, ਘੱਟ ਏ ਖਾਂਦਾ ਕਬੋਟਾ ਡੀਜ਼ਲ, ਥੋੜ੍ਹਾ ਜਿਹਾ ਫਰਕ ਏ ਆ, ਸੀਸੀ ਥੋੜ੍ਹੀ ਆ ਨਾ, 2400 ਸੀਸੀ ਇੰਜਣ ਆ, ਡੀਜ਼ਲ ਖਰਚਾ ਘੱਟ ਏ ਆ, ਕੁਛ 4 ਵਾਲਵ ਆ, ਵਧੀਆ ਟੈਕਨੀਕ ਆ, ਕਬੋਟਾ ਮਾੜਾ ਨਹੀਂ ਲੈਣਾ ਚਾਹੀਦਾ। ਉਹ ਵੀਰੋ ਤੈਨੂੰ ਕੀ ਦੱਸਾਂ, ਫੋਨ ਕਰ ਲਈ ਕਾਹਨੂੰ, ਉਹਦਾ ਆਪਾਂ ਕਿਸੇ ਬਾਰੇ ਮਾੜਾ ਚੰਗਾ ਕਹਿਣਾ ਹੈ। ਬੈਲਾਰੂਸ ਦਾ ਓਫੀਸ਼ੀਅਲੀ ਜਦੋਂ ਕੋਈ ਟਰੈਕਟਰ ਦਾ ਕਿਸੇ ਦਾ ਪਲਾਂਟ ਲੱਗਦਾ, ਕੰਪਨੀ R&D ਬਣਦੀ ਆ, ਸਾਰਾ ਕੁਛ ਉਹਦਾ ਹੁੰਦਾ, ਫਿਰ ਇਹ ਲਾਂਚ ਮੰਨਿਆ ਜਾਂਦਾ। ਫੁੱਲ ਰਿਵਿਊ ਕਰ ਦਿੰਦੇ ਹਾਂ ਬਾਈ, ਕਰ ਦਿੰਦੇ ਹਾਂ। ਫੋਨ ਯਾਰ ਸਾਡਾ ਸਾਫ ਜਿਹਾ ਨਹੀਂ ਦਿਖ ਰਿਹਾ, ਪਤਾ ਨਹੀਂ ਇਹਦੇ ਕੈਮਰੇ 'ਤੇ ਕੁਛ ਲੱਗ ਗਿਆ। ਫੋਨ ਵੀ ਨਵਾਂ ਹੀ ਟੈਲੀਫੋਨ ਲੈਣਾ ਪਊ ਮੈਨੂੰ ਲੱਗਦਾ। ਹੋਰ ਦੱਸੋ, ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ। ਵੀਰ ਜੀ, ਫਾਰਮਟ੍ਰੈਕ 6055 T20 ਦੇ ਨਾਲ ਕਿਹੜਾ ਸੁਪਰ ਸੀਡਰ ਵਧੀਆ ਚੱਲੂ ਐਂਡ ਹਾਈ ਲੋ ਪਰਫੋਰਮੈਂਸ ਤੱਕ? ਸੁਪਰ ਸੀਡਰ ਤਾਂ ਬਾਈ ਦਸ਼ਮੇਸ਼ ਦਾ ਬਹੁਤ ਵਧੀਆ ਲੱਗਦਾ ਬਾਈ, ਮੈਨੂੰ ਤਾਂ ਸਾਡੇ ਏਰੀਆ 'ਚ ਮਸ਼ਹੂਰ ਵੀ ਆ। ਪੱਕਾ 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 ਰਾਊਂਡਰ ਸਾਹਿਬ, ਮੈਸੀ 245 ਦਾ ਕਰਾਂਗੇ, ਮੈਸੀ ਦਾ ਵੀ 241 ਦਾ ਕਰਾਂਗੇ, ਮੈਸੀ ਦਾ 4 ਵੀਲਰ ਦਾ। ਹਾਂ ਬਿਲਕੁਲ, ਗੁਰੂ ਵਾਲੀ ਅੰਮ੍ਰਿਤਸਰ ਤਰਨ ਤਾਰਨ ਰੋਡ, ਗੁਰੂ ਵਾਲੀ ਤਰਨ ਤਾਰਨ ਰੋਡ, ਓਕੇ। ਮੈਨੂੰ ਲੱਗਦਾ ਮੇਰੇ ਤੋਂ ਫੋਨ ਹੀ ਲੱਗਿਆ ਰਹਿ ਗਿਆ ਬਾ ਕਿਸੇ ਨੂੰ, ਅੱਛਾ ਮਸ਼ੇਰੀਅਰ ਫੋਨ ਲੱਗਿਆ ਰਹਿ ਗਿਆ। ਉਹ ਵੀਰੇ ਪ੍ਰੋਮਿਸ ਨੂੰ ਹੁਣ ਕਿਤੇ ਮੈਂ ਕੁੜੀਆਂ ਵੀ ਸੌਹਾਂ ਖਾਈ ਜਾਵਾਂ, ਜਵਾਕਾਂ ਵਾਲੀਆਂ ਗੱਲਾਂ ਕਰਦਾ ਯਾਰ, ਵੀ ਹੁਣ ਮੈਂ ਕਹੀ ਜਾਵਾਂ ਸੌਂ ਲੱਗੇ, ਮੈਨੂੰ ਸੌਂ ਲੱਗੇ, ਮੈਂ ਕਿਹੜਾ ਜਨਾਨੀ ਆ ਯਾਰ ਬੰਦਾ। ਪ੍ਰੋਮਿਸ ਹੋਲੈਂਡ ਤੇ ਸੁਪਰ ਸੀਡਰ ਠੀਕ ਹੈ, ਪਰ ਜੇ ਸੁਪਰ ਸੀਡਰ ਵਾਸਤੇ ਟਰੈਕਟਰ ਕੋਈ ਹੋਰ ਲੈ ਲਓ ਤਾਂ ਚੰਗਾ। ਬਹਿ ਜਾ, ਗਾਲ ਗੂਲ ਨਿਕਲ ਜੂ ਐਵੇਂ ਛੋਟੇ ਭਾਈ, ਚੰਗਾ ਨਹੀਂ ਲੱਗਦਾ। ਪੰਜ ਸੌ 75 ਦੇ 14 ਦੇ ਟਾਇਰ ਪਾ ਲਾ, ਇੱਕ ਆਹ ਨਾ ਯਾਰ ਮੈਨੂੰ ਪੁੱਛਿਆ ਕਰੋ ਭਾਈ ਬਣ ਕੇ, ਬਾਈ ਇੰਨੇ ਦੇ ਟਾਇਰ ਪਾ ਲਏ। ਹੁਣ ਜਦੋਂ ਇੱਕ ਤੁਸੀਂ ਛੋਟੇ ਟਰੈਕਟਰ ਦੇ ਵੱਡੇ ਟਾਇਰ ਪਾਉਣ ਲੱਗੇ ਹੋ, ਉਹਦਾ ਤੋਰਾ ਤਾਂ ਵਧੂਗਾ ਹੀ, ਲੋੜ ਵੀ ਮੰਨੂਗਾ ਹੀ। ਬਾਈ ਜੀ ਮਹਿੰਦਰਾ 585 XP+ ਦਾ ਰਿਵਿਊ ਕਰ ਰਹੇ ਹੋ, ਉਹ ਯਾਰ ਸਾਡੇ ਵਿਕਦਾ ਵੁਕਦਾ ਨਹੀਂ, ਮੈਂ ਤਾਂ ਕਦੇ ਦੇਖਿਆ ਹੀ ਨਹੀਂ ਉਹ 585 ਸਿੱਧੂ ਸਾਹਿਬ। ਸਾਡੇ ਤਾਂ ਮੈਨੂੰ ਲੱਗਦਾ ਡੀਲਰਸ਼ਿਪ ਵੀ ਪਤਾ ਨਹੀਂ ਚੱਲਦੀ ਆ, ਮਹਿੰਦਰਾ ਦੀ ਪਤਾ ਨਹੀਂ, ਕੋਈ ਨਹੀਂ ਲੈਂਦਾ। ਸ਼ਮਸ਼ੇਰ ਗਿੱਲ 855 ਵਧੀਆ, 56-20 CRD ਕਦੋਂ ਆਉਣਾ ਬਾਈ? ਆਉਣ ਵਾਲਾ ਹੀ ਆ ਬਾਈ, 963 ਤੇ 15 ਕਲਟੀਵੇਟਰ ਆ, ਮਿੰਟ 'ਚ 5 ਕਿੱਲੇ ਵਾਧ ਤੇ। ਉਹ ਵੀਰ ਗੱਲ ਪਤਾ ਕੀ ਹੈ, ਵਾਹੁਣ ਨੂੰ ਤਾਂ ਮੈਂ 45 ਮਿੰਟ ਤੋਂ ਵੀ ਪਹਿਲਾਂ ਵਾਧੂੰਗਾ, ਪਰ ਜੇ ਤੁਸੀਂ ਪ੍ਰੋਪਰ ਵਹਾਈ ਕਰਨੀ ਆ, ਖੂੰਜੇ ਕੱਢਣੇ ਨੇ, ਵਾਹਤੇ ਵਾਹ ਦਿੰਦੇ ਨੇ ਮੁੰਡੇ, ਵਿੱਚ ਗਿੱਠ ਗਿੱਠ ਦੇ ਪਾੜੇ ਹੁੰਦੇ ਨੇ, ਖੂੰਜੇ ਤੁਸੀਂ ਨਹੀਂ ਕੱਢਦੇ, ਆਲੇ ਦੁਆਲੇ ਗੇੜੇ ਨਹੀਂ ਦਿੰਦੇ, ਪ੍ਰੋਪਰ ਇੱਕ ਵਹਾਈ ਮੈਨੂੰ ਤੂੰ 1 ਘੰਟੇ 'ਚ ਵੀ ਨਹੀਂ ਹੋਣੀ, ਮੇਰੇ ਕੋਲ ਵੀ 63 ਹੈ। ਸੋ ਵਹਾਈ ਆ ਜਿਹੜੀ, ਵਹਾਈ ਵਹਾਈ ਦਾ ਅੰਤਰ ਆ, ਸ਼ਰਤਾਂ ਲਾ ਕੇ ਤਾਂ ਤੁਸੀਂ ਕੁਛ ਕਰੀ ਜਾਓ ਯਾਰ। ਵਹਾਈ ਆ ਜਿਹੜੀ ਪ੍ਰੋਪਰ ਆਲੇ ਦੁਆਲੇ ਗੇੜੇ ਲਾਉਣੇ, ਖੂੰਜੇ ਕੱਢਣ ਨੂੰ ਇੱਕ ਟਰੈਕਟਰ 'ਤੇ 10 ਮਿੰਟ ਕਿੱਲੇ 'ਤੇ ਲੱਗ ਜਾਂਦੇ ਨੇ ਬਾਈ ਜੀ। ਵਧੀਆ ਜੀ ਵਧੀਆ, ਅਵੈਂਜਰ 60 ਨਾ ਯਾਰ ਨਹੀਂ ਆਇਆ। ਵਧੀਆ ਜੀ ਵਧੀਆ, ਥੈਂਕ ਯੂ ਵੀਰੇ, ਥੈਂਕ ਯੂ ਆਲਰਾਊਂਡਰ ਸਾਹਿਬ, ਥੈਂਕ ਯੂ ਵੀਰੇ। ਰੇਟ ਡੀਲਰਸ਼ਿਪ 'ਤੇ ਸੰਪਰਕ ਕਰਿਆ ਕਰੋ, ਅਲੱਗ ਅਲੱਗ ਏਰੀਏ ਦੇ ਅਲੱਗ ਅਲੱਗ ਰੇਟ ਹੁੰਦੇ ਨੇ, ਸਕੀਮਾਂ ਹੁੰਦੀਆਂ ਨੇ ਵਕਤ ਦੀਆਂ, ਟਰੈਕਟਰ ਐਕਸਚੇਂਜ ਕਰਨਾ ਹੁੰਦਾ, ਟਰੈਕਟਰ ਦਾ ਕਦੇ ਕੋਈ ਫਿਕਸ ਰੇਟ ਨਹੀਂ ਹੋ ਸਕਦਾ। ਟਰੈਕਟਰ ਤਾਂ ਐਂ ਹੁੰਦਾ ਵੀਰ, ਹੁਣ ਵਿੱਚ ਕਟਾਉਂਦੇ ਹਾਂ, ਜਦੋਂ ਜ਼ਿਮੀਂਦਾਰ ਉੱਧਰ 1.5 ਲੱਖ ਵੱਧ ਮੰਗੀ ਜਾਂਦਾ, ਫਿਰ ਹੁਣ ਡੀਲਰ ਵੀ ਕੀ ਕਰੇ, ਉਹਨੂੰ ਐਡਜਸਟ ਤਾਂ ਕਰਨਾ ਹੀ ਪੈਣਾ। ਟਰੈਕਟਰ ਦਾ ਨਾ ਕਾਰ ਦਾ ਇਹਨਾਂ ਚੀਜ਼ਾਂ ਦੇ ਵੀਰ ਕੋਈ ਫਿਕਸ ਰੇਟ ਹੁੰਦੇ ਨਹੀਂ। ਬਾਈ ਜੀ ਸੁਪਰ ਸੀਡਰ ਕਰਕੇ ਬਹੁਤ ਜਨਤਾ ਨੂੰ
ਟਰੈਕਟਰ ਕੀ ਚੇਂਜ ਕਰਨੇ ਪੈ ਰਹੇ ਆ, ਜ਼ਿਆਦਾਤਰ ਕਿਸਾਨਾਂ ਕੋਲ ਹਾਈਲੋ ਟਰੈਕਟਰ ਨੇ ਐਂਡ ਬਹੁਤ ਕਿਸਾਨ ਐਵੇਂ ਦੇ ਨੇ ਜਿਹੜੇ ਪ੍ਰੈਫਰ ਨਹੀਂ ਕਰ ਸਕਦੇ ਅਫੋਰਡ। ਇੱਕ ਵੀਡੀਓ ਬਣਾਈ ਆਪ ਨੂੰ, ਉਸਕੇ ਬਾਅਦ ਕੋਈ ਵੀਡੀਓ ਕਿਉਂ ਨਹੀਂ ਬਣਾਈ, ਇੱਕ ਵੀਡੀਓ ਬਣਾਈ ਆਪ ਨੇ ਉਸਕੇ ਬਾਅਦ ਪਤਾ ਨਹੀਂ ਕੀ ਕਹੀ ਜਾਂਦਾ, ਮੈਨੂੰ ਸਮਝ ਨਹੀਂ ਆਉਂਦੀ। ਪੰਜਾਬੀ ਲਿਖਿਆ ਕਰੋ ਯਾਰ। ਅੱਛਾ ਵੀਰੇ ਵਧੀਆ ਵਧੀਆ ਦੇਖਿਆ, ਮੈਨੂੰ ਮੈਂ ਨਹੀਂ ਦੇਖਿਆ। ਇੱਕ ਯਾਰ ਮੁਰਗੀਆਂ ਵਾਲਾ ਖੁੱਡਾ ਬਣਾਉਣ ਦਾ ਵਿਚਾਰ ਆ, ਇੱਥੇ ਬਣਾਉਣਾ ਹੈ। ਕਿਸੇ ਬੰਦੇ ਨੂੰ ਜਾਣਕਾਰੀ ਹੈ ਤਾਂ ਯਾਰ ਫੋਨ ਮੇਰਾ ਫੇਸਬੁੱਕ 'ਤੇ ਹੈਗਾ ਜਾਂ ਕਿਸੇ ਕੋਲ ਹੈਗਾ, ਮੈਨੂੰ ਫੋਨ ਕਰਕੇ ਜ਼ਰੂਰ ਦੱਸਿਓ। ਯਾ ਬਿਲਕੁਲ ਭਾਈ, ਹੈਲੋ, ਸਲਾਮ ਅਲੈਕਮ ਜੀ ਮੁਹੰਮਦ ਰਜ਼ਾਦ ਸਾਹਿਬ, ਸਲਾਮ ਅਲੈਕਮ। ਹਾਂ ਦੇਖ ਬਾਈ, ਆਹ ਜਗ੍ਹਾ 'ਤੇ ਨਾ ਖੁੱਡਾ ਬਣਾਉਣਾ, ਬਾਹਰ ਜਗ੍ਹਾ ਬਣੀ ਪਈ ਹੈ, ਇੱਥੇ ਨਾ ਐਂ 8x8 ਦਾ ਐਂ ਮੁਰਗੀ ਬਣਾਉਣਾ। ਇਹਦੇ ਬਾਰੇ ਜੇ ਕਿਸੇ ਨੂੰ ਕੋਈ ਜਾਣਕਾਰੀ ਆ, ਜਾਲੀ ਜੂਲੀ ਕਿਹੜੀ ਲਾਈਏ ਨਿਓਲਿਆਂ ਤੋਂ, ਇੱਧਰ ਮਾਝੇ ਸਾਈਡ ਜ਼ਿਆਦਾ ਹੈਗੇ ਨੇ ਕੁੱਕੜ ਕਾਕੜ ਰੁੱਖਾਂ ਨੇ ਰੱਖੇ, ਸਾਡੇ ਏਰੀਏ ਤਾਂ ਥੋੜ੍ਹੇ। ਵਧੀਆ ਬਾਈ ਵਧੀਆ। ਕ੍ਰੀਪਰ ਗੇਅਰ ਤੇ ਹਾਂਜੀ ਬਣਾ ਦਾਂਗੇ। ਤੈਨੂੰ ਕੀ ਤਕਲੀਫ ਹੋ ਗਈ, ਤੂੰ ਤੂੰ ਪਰਾਂ ਚੱਲਿਆ ਜਾ, ਤੈਨੂੰ ਚਿੱਠੀ ਪਾਈ ਹੈ ਸਾਲਾ, ਬੱਸਦਾ ਹੋਇਆ ਤੂੰ ਧਾਰ ਲੈਣਾ ਹੈ। ਵਾਲੇਕਮ ਸਲਾਮ ਭੈਣ, ਕੀ ਹਾਲ ਹੈ ਜੀ ਮੁਹੰਮਦ ਸਾਹਿਬ, ਕਿਹੜੇ ਏਰੀਏ ਤੋਂ? ਨੈਤਿਕ ਗੱਲਾਂ ਵੀ ਕਰਾਂਗੇ ਭਾਈ ਜੀ। ਮਲੇਰਕੋਟਲਾ, ਵਾਹ ਜੀ, ਬੜੇ ਸੱਜਣ ਨੇ ਮੇਰੇ ਮੁਸਲਿਮ, ਪਾਕਿਸਤਾਨ ਤੋਂ ਬਹੁਤ ਪਿਆਰ ਕਰਦੇ ਨੇ ਬਹੁਤ। ਮੇਰਾ ਜੀ ਨਹੀਂ ਕਰਦਾ, ਮੈਂ ਤਾਂ ਨਹੀਂ ਬਣਾਉਂਦਾ। ਛੰਨਾਪਾ ਰੋਡ ਪਾਕਿਸਤਾਨ ਤੋਂ, ਗੁਜਰਾਂ ਵਾਲੇ ਤੋਂ, ਸਾਂਗਲੇ ਹਿੱਲ ਤੋਂ ਅਤੇ ਚਨਾਬ ਆਪਣੇ ਚਨਿਓਟ ਤੋਂ ਬਹੁਤ ਮੇਰੇ ਮੁਸਲਿਮ ਸੱਜਣ ਨੇ, ਜਿਹੜੇ ਭਾਈਆਂ ਤੋਂ ਵੱਧ ਪਿਆਰ ਕਰਦੇ ਨੇ ਹੁਣ ਤੱਕਰ ਵੀ। ਇਹ ਡੀ ਇਨਫੋਟੇਨਮੈਂਟ ਲਾਈਵ ਕਿੱਦਾਂ ਵੀਰ? ਵਧੀਆ ਵੀਰੇ, ਇੱਕ ਕੋਈ ਤੁਹਾਡਾ ਚੈਨਲ ਆ ਇਹ ਮੇਰੇ ਵਾਲੇ ਨਾਂ 'ਤੇ? ਪੁਰਾਣੀ ਵਾਲੇ, ਹਾਂਜੀ ਹਾਂਜੀ ਜੀ, 60 ਪਾਵਰ ਮੈਕਸ 35-10 CC ਇੰਜਨ ਦੀ ਪੰਪ ਤੋਂ ਕਿੰਨੀ ਪਾਵਰ? ਬਸ 3510 CC, ਇਹ ਤਾਂ ਵੀਰ ਪੁੱਛ ਕੇ ਪਤਾ ਲੱਗੂ। ਕਿਆ ਉਹ ਬੰਦਾ ਫਰੋਡ ਕਰ ਰਿਹਾ ਹੈ? ਪਤਾ ਨਹੀਂ ਬਾਈ, ਉਹ ਜਾਣੇ ਤੁਸੀਂ ਜਾਣੋ। ਵਧੀਆ ਜੀ ਵਧੀਆ ਜੀ, ਮਾਮ ਸਾਹਿਬ ਵਧੀਆ ਜੀ, ਲਜਾ ਸਾਹਿਬ ਪੁੱਛ ਕੇ ਪਤਾ ਲੱਗੂ ਬਾਈ, ਉਹਨਾਂ ਤੋਂ ਪੁੱਛ ਲਿਓ ਪਾਲ ਵਾਲਿਆਂ ਤੋਂ। ਜੀਰੀ ਵੀਰ ਜੀ ਵਧੀਆ, ਡੀ ਇਨਫੋਟੇਨਮੈਂਟ ਲਾਈਵ ਵਾਲੇ, ਉਹ ਕਿਹੜਾ ਪਿੰਡ ਹੈ ਤੁਹਾਡਾ? 52-10-64 ਜਾਂ ਫਾਰਮ ਟਰੈਕ 60 ਪਾਰ, 52-10 ਹਮੇਸ਼ਾ ਹੀ ਵਧੀਆ ਬਾਈ, ਫਾਰਮ ਟਰੈਕ ਨੂੰ ਸੁਪਰ ਸੀਡਰ 'ਤੇ। ਵਧੀਆ ਜੀ ਪ੍ਰਭਜੋਤ ਜੀ ਵਧੀਆ ਜੀ, ਸਿਰਾ ਲਾਇਆ ਪਿਆ ਜੀਰੀ ਵਧੀਆ ਵੀਰੇ। ਵੀਰ ਜੀ ਗਿੱਲ ਗੱਭਰੂ ਸਾਹਿਬ, ਮੈਂ ਕਹਿ ਰਿਹਾ ਕਿ ਪਤਾ ਕਰਕੇ ਪੁੱਛ ਕੇ ਪਤਾ ਲੱਗੂਗਾ, ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿੰਨੀ ਵੱਧ ਸਕਦੀ। ਹਾਂਜੀ ਵੀਰ ਜੀ, ਹਾਂਜੀ ਜੀ, ਠੀਕ ਹੈ ਸਰ, ਠੀਕ ਹੈ। ਜੇ ਕਿਸੇ ਨੂੰ ਗਿਆਨ ਹੈ, ਲਵ ਫਰੋਮ ਨਵਾਂਸ਼ਹਿਰ, ਥੈਂਕ ਯੂ ਭਾਈ ਜੀ ਚੌਰੀ ਸਾਹਿਬ, ਥੈਂਕ ਯੂ। ਜੇ ਕਿਸੇ ਨੂੰ ਗਿਆਨ ਆ ਯਾਰ, ਮੈਨੂੰ ਫੋਨ ਕਰ ਲਿਓ, ਮੈਨੂੰ ਦੱਸਿਓ ਬਣਾਉਣਾ ਹੈ ਮੁਰਗੀ ਹਾਊਸ ਜਿਹਾ ਛੋਟਾ ਜਿਹਾ, 15-20 ਰੱਖਣ ਵਾਸਤੇ ਆਪਣੇ। ਆ ਜਗ੍ਹਾ ਆਪਣੇ ਕੋਲ ਬਥੇਰੀ ਇੱਥੇ ਪਈ ਹੈ ਪਿੱਛੇ, ਘਰੇ ਖੇਤਾਂ 'ਚ ਰਹਿੰਦੇ ਹਾਂ, ਜਿਹੜਾ ਕੋਈ ਪਲੱਸ ਪੁਆਇੰਟ ਆ ਉਹ ਤਾਂ ਲੈ ਲਈਏ। ਆ ਬਥੇਰੇ ਆ ਸ਼ੈੱਡ ਛੋਟੇ ਜਿਹੇ ਆਪਣੇ, ਖਾਲੀ ਖੁੱਲੀ ਹੋਈ ਪਏ ਨੇ ਹਾਲੇ, ਮਾਂ ਚੱਲ ਇੱਥੇ ਕੋਈ ਰੱਖੇ ਲੈਂਦੇ ਹਾਂ। ਆਹ ਪਏ ਨੇ ਐਵੇਂ ਉਰੇ, ਜਗਾੜ ਜਿਹਾ ਬਣਾ ਲਾਂ। ਕਿਹੜੇ ਕ੍ਰੀਪਰ 'ਤੇ ਕਹਿੰਦੇ ਵੀ ਨੋਰਮਲ, ਨਾ ਰੇਤਾ ਨਾ ਡਾਕਰ, ਖੇਤ 'ਚ ਝੋਨੇ ਦਾ ਕਿਹੜਾ ਬੀਜ ਵਧੀਆ? ਮੈਨੂੰ ਤਾਂ ਯਾਰ 126 ਵਧੀਆ ਲੱਗਦੀ ਆ ਸਾਰੇ
ਬਾਕੀ ਆਪਣਾ ਆਪਣਾ ਏਰੀਆ ਬਾਈ ਆਪ ਵੀਡੀਓ ਬਹੁਤ ਕੰਮ ਕਰਾਂਗੇ ਵੀਰੇ ਕਰਾਂਗੇ ਜਿੰਦਾ ਸੁਪਰ ਸੀਡਰ ਸਹੀ ਰਹੂ ਹਾਂ ਸਹੀ ਰਹੂ ਬਾਈ ਬਾਈ ਤੇਰੇ ਕੋਲ ਕਿਹੜੇ ਕਿਹੜੇ ਟਰੈਕਟਰ ਨੇ ਸਵਰਾਜ ਹੈ ਜੀ ਵੀਰੇ ਇਸ ਤੋਂ ਬਾਅਦ ਝੋਨਾ ਕੱਟਣ ਲੱਗਿਆ ਵੀਡੀਓ ਪੱਕਾ ਬਾਈ ਜੀ ਪੱਕਾ ਸਹੀ ਰਹੂ ਬਾਈ ਉਹ ਮੁੰਡੇ ਕਰਦੇ ਤਾਂ ਹੈਗੇ ਨੇ ਆਪਣੇ ਮੈਂ ਤਾਂ ਹੁਣ ਬਹੁਤ ਚਿਰ ਹੋ ਗਿਆ ਉਹਨਾਂ ਕੋਲ ਵਿਚਾਰਿਆਂ ਕੋਲ ਗਿਆ ਨਹੀਂ ਲੱਡੂ ਹੋਣੀ ਸੁੱਖੀ ਹੋਣੀ ਉਹ ਸਾਰੇ ਟਰੈਕਟਰ ਕਰੀ ਜਾਂਦੇ ਨੇ ਕੁੱਲ ਮਿਲਾ ਕੇ ਕਦੇ ਅੱਜ ਤੱਕ ਪ੍ਰੋਬਲਮ ਆਈ ਨਹੀਂ ਹੈਗੀ ਵੀ ਐਂ ਕੋਈ ਪ੍ਰੋਬਲਮ ਆ ਗਈ ਜਾਂ ਕਿਸੇ ਨੇ ਉਹਨਾਂ ਬਾਰੇ ਮੈਨੂੰ ਇਹ ਕਿਹਾ ਹੋਵੇ ਵੀ ਬਾਈ ਉਹਨਾਂ ਨੇ ਲੁੱਟਮਾਰ ਕਰ ਲਈ ਸਾਡੇ ਨਾਲ ਧੋਖਾ ਕਰ ਲਿਆ ਕਦੇ ਨਹੀਂ ਮੈਨੂੰ ਕਿਸੇ ਨੇ ਕਿਹਾ ਵਧੀਆ ਹੀ ਆ ਯਾਰ ਜਿਹੜੇ ਅੱਜ ਤੱਕ ਟਰੈਕਟਰ ਚੱਲ ਰਹੇ ਨੇ ਫਾਜ਼ਿਲਕਾ ਅੱਛਾ ਜੀ ਅੱਛਾ ਵਿੱਕੀ ਸਵੈਚ ਹੈਲੋ ਵਿੱਕੀ ਸਵੈਚ ਕਿਤੇ ਉਹ ਸਾਡੇ ਵਾਲਾ ਸਵੈਚ ਤਾਂ ਨਹੀਂ ਪਰ ਉਹ ਸਵੈਚ ਨਹੀਂ ਹੈਗਾ ਸਵੈਚ ਤਾਂ ਮਲੋਹ ਕੋਲ ਦੇ ਪਿੰਡਾਂ 'ਚ ਨੇ ਸਾਰੇ ਤੁਹਾਡੀ ਭੈਣ ਹੋਰ ਸੁਣਾਓ ਆਹ ਬੱਲੇ ਬੱਲੇ ਸੌਰੀ ਯਾਰ ਕਮੈਂਟ ਨਹੀਂ ਪੜ੍ਹ ਇਕੱਲੇ ਵਾਲਾ ਅੱਛਾ ਲਵ ਫਰੋਮ ਲੇਰ ਕੋਲ ਬਪਾਰਾ ਸਾਹਿਬ ਥੈਂਕ ਯੂ ਬਾਈ ਜੀ ਫੋਨ ਤੋਂ ਮੋਟਰ ਚਲਾਉਣ ਵਾਲੇ ਸਿਸਟਮ ਉਹ ਹਾਂ ਯਾਰ ਉਹ ਸਾਹਮਣੇ ਮੋਟਰ ਦੇਖ ਰਹੇ ਹੋ ਮੁੰਡਾ ਸਾਡਾ ਗਵਾਂਢੀ ਹੈ ਮਿੱਤਰ ਉਹ ਸਾਹਮਣੇ ਮੋਟਰ ਜਿਹੜੀ ਦੇਖ ਰਹੇ ਹੋ ਉਹਦੇ 'ਤੇ ਲੱਗਿਆ ਹੋਇਆ ਮੈਂ ਇੱਕ ਅੱਧੇ ਦਿਨ 'ਚ ਬਣਾਉਣਾ ਯਾਰ ਉਹਨੇ ਮੈਨੂੰ ਸਮਾਂ ਇੱਕ ਦੋ ਵਾਰ ਕਿਹਾ ਵੀ ਹੈ ਕਹਿੰਦਾ ਵੀ ਬਣਾ ਲਈ ਵੀਡੀਓ ਪਰ ਮੇਰਾ ਟਾਈਮ ਨਹੀਂ ਲੱਗਿਆ ਉਹ ਉੱਥੇ ਮੋਟਰ ਹੈ ਇੱਕ ਮੈਂ ਹੋਰ ਸਾਰੇ ਸੱਜਣ ਮਿੱਤਰਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਜਿੰਨੇ ਵੀ ਆਪਣਾ ਜ਼ਿਮੀਂਦਾਰ ਆ ਚਲੋ ਪਿੰਡਾਂ 'ਚ ਘਰ ਹੈ ਜੇ ਪਿੰਡ 'ਚ ਵੀ ਜਗ੍ਹਾ ਹੈ ਉਹ ਵੀ ਚੰਗੀ ਗੱਲ ਆ ਜੇ ਤੁਸੀਂ ਖੇਤਾਂ ਖੂਤਾਂ 'ਚ ਰਹਿੰਦੇ ਹੋ ਥੋੜ੍ਹੀ ਜਿਹੀ ਜਗ੍ਹਾ ਮੈਂ ਵੀ ਘੋਲ ਕੀਤੀ ਆ ਬਹੁਤ ਮੈਂ ਵੀ ਉਨਾ ਜੋ ਕਹਿਣਾ ਕਰ ਨਹੀਂ ਹੁੰਦਾ ਮੇਰੇ ਤੋਂ ਪਰ ਹੁਣ ਮੈਂ ਪਲਾਨ ਬਣਾਇਆ ਵੀ ਸਾਰੀਆਂ ਸਬਜ਼ੀਆਂ ਆਪਣੇ ਜੋਗੀ ਚੀਨੀ ਸਾਰਾ ਕੁਛ ਔਰਗੈਨਿਕ ਆਪਣੇ ਫੂਡ ਦਾ ਪ੍ਰਬੰਧ ਕਰਨਾ ਆਹ ਜਗ੍ਹਾ ਬਗਲ ਕੇ ਇੱਧਰੋਂ ਹੋਰ ਐਂ ਪਿੱਛੋਂ ਆਹ ਐਂ ਕਰ ਲੈਣੀ ਆ ਸਾਰੇ ਇੱਥੇ ਮਿੱਟੀ ਪਾ ਕੇ ਹਾਂਜੀ ਵੀਰੇ ਗਿੱਲ ਸਾਹਿਬ ਬਣਾਵਾਂਗੇ ਵੀਰ ਜੀ ਬਣਾਵਾਂਗੇ ਵੀਰ ਜੀ ਬਣਾਵਾਂਗੇ ਇਕੱਲੇ ਵਾਲ ਪਿੰਡ ਹੈ ਕਿੱਥੇ ਆ ਵੀਰੇ ਸਰਹੰਦ ਆ ਜੀ ਕਰਾ ਲਈ ਚੈੱਕ ਕੋਈ ਦਿੱਕਤ ਨਹੀਂ ਵਿੱਚ ਗਿੱਲ ਕਿੰਨੀ ਕੁ ਰੱਖੀਏ ਬਾਈ ਉਹਦੇ ਬਾਰੇ ਬਾਈ ਗਿੱਲ ਤਾਂ ਪੂਰੀ ਹੋਣੀ ਚਾਹੀਦੀ ਆ ਪੂਰੀ ਜਿਹਨੂੰ ਉਹ ਤਰਵੱਤਰ ਕਹਿੰਦੇ ਹੁੰਦੇ ਨੇ ਸਾਡੇ ਡਾਕਟਰ ਸਾਹਿਬ ਤਰਵੱਤਰ ਜੀ ਨੂੰ ਵੀਰੇ ਫਾਰਮ ਟਰੈਪ 35 ਚੈਂਪੀਅਨ ਫਸ ਨਾ ਜਾਈ ਜਮਾਂ ਨਿਕੰਮਾ ਹੈ ਛੋਟਾ ਟਰੈਕਟਰ ਕੋਈ ਕੰਮ ਨਹੀਂ ਕਰਦਾ ਜੇ ਛੋਟੇ ਕੰਮ ਕਰਨੇ ਨੇ ਫਿਰ ਵਧੀਆ ਜਮਾਂ ਡੱਕਾ ਨਹੀਂ ਤੋੜਦਾ ਜਮਾਂ ਨਿਕੰਮਾ ਸੰਧੂ ਸਾਹਿਬ ਮੈਨੂੰ ਤਾਂ ਜਮਾਂ ਹੀ ਨਹੀਂ ਚੰਗਾ ਲੱਗਦਾ ਉਹਦੇ ਨਾਲ ਤਾਂ 735 ਲੈ ਲਓ ਠੀਕ ਹੈ ਉਹਦਾ ਜਮਾਂ ਹੀ ਜ਼ੋਰ ਹੈ ਨਹੀਂ ਦਹੱਤੜੇ ਮਾਰਦਾ ਥੈਂਕ ਯੂ ਵੀਰੇ ਥੈਂਕ ਯੂ ਫਾਰਮ ਲਾਈਫ ਥੈਂਕ ਯੂ ਕਿਸੇ ਦਾ ਕੋਈ ਚੈਨਲ ਹੈ ਕਿਸੇ ਦਾ ਕੋਈ ਨੋਂ ਹੈ ਮੈਂ ਕੋਈ ਉਹੋ ਜਿਹਾ ਬੰਦਾ ਤਾਂ ਹੈ ਨਹੀਂ ਵੀ ਮੈਂ ਮਹਾਨ ਹਸਤੀ ਹਾਂ ਕਿਸੇ ਨੇ ਕਹਿੰਦੇ ਹੁੰਦੇ ਨੇ ਪ੍ਰਮੋਟ ਕਰਾਉਣਾ ਮੇਰਾ ਕੋਈ ਪੈਸਾ ਟੁੱਕਰ ਨਹੀਂ ਨਾ ਮੈਂ ਲੈਣੇ ਨੇ ਨਾ ਮੈਂ ਦੇਣੇ ਨੇ ਮੈਂ ਨੋਂ ਨੂੰ ਬੋਲ ਦਿੰਦਾ ਹੁੰਦਾ ਜੇ ਕਿਸੇ ਨੇ ਕੋਈ ਕਰਾਉਣਾ ਮੈਂ ਕਹਿ ਦਿੰਦਾ ਭਾਈ ਇਹਦੇ 'ਚ ਮੈਂ ਨਾਂ ਬੋਲ ਦਿੰਦਾ ਵੀ ਫਲਾਣਾ ਚੈਨਲ ਆ ਸਬਸਕ੍ਰਾਈਬ ਕਰ ਲਓ ਵੈਸੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤ ਮੈਨੂੰ ਮੁੰਡਿਆਂ ਦੇ ਫੋਨ ਆਉਣੇ ਵੀਰੇ ਚੈਨਲ ਪ੍ਰਮੋਟ ਕਰਾਉਣਾ ਉਹ ਮੈਂ ਕਿਹਾ ਯਾਰ ਇਹਦੇ ਨਾਲ ਕੋਈ ਪੁੱਛਦਾ ਹੀ ਨਹੀਂ ਪ੍ਰਮੋਟ ਕਰਕੇ ਕੀ ਕਰੋਗੇ ਜੇ ਤੁਹਾਡੀ ਵੀਡੀਓ 'ਚ ਇਕੱਲਾ ਨਹੀਂ ਅੱਛੀ ਇਨਫੋਰਮੇਟਿਵ ਚੀਜ਼ ਬਣਾਓ ਆਪ ਹੀ ਲੋਕ ਦੇਖਦੇ ਆ ਬਸ ਮੈਂ ਕਿੱਧਰ ਜਾ ਵੜਿਆ ਯਾਰ ਕਸੂਤੀ ਜੀ ਜਗ੍ਹਾ 'ਚ ਸਾਡੇ ਯਾਰ ਸੱਪ ਬਹੁਤ ਆਉਂਦੇ ਆ ਉਰੇ ਮੈਨੂੰ ਤਾਂ ਡਰ ਲੱਗਦਾ ਨਹੀਂ ਸੱਪ ਤੋਂ ਸੱਪਾਂ ਤੋਂ ਬਚਿਆ ਕਰੋ ਥੈਂਕ ਯੂ ਵੀਰੇ ਥੈਂਕ ਯੂ ਫਤਿਹਗੜ੍ਹ ਸਾਹਿਬ ਤੋਂ ਪਾਸੋਂ ਪਿੰਡਾਂ ਵੀਰੇ ਪਾਸ ਹੈਲੋ 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 ਆਦੇ ਖੜਾ ਬਾਬਾ ਬੋੜੂ ਦਾਸ ਥੈਂਕ ਯੂ ਫਾਰਮ ਲਾਈਫ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਥੈਂਕ ਯੂ
प्यार है तुहाडा, धन्नवाद। कणक भीरे मैनू तां 8-9 साल हो गए, आ जिवें पूसा खड़ी है, फुल तकड़ी पूसा, नेरी ठाल, आ खेत च रेतल रेता है थल्लिओ, इत्थे 36-37-38 दी वी आ खेत चों निकल आउंदी आ, बाकी परां साडे जमा नहीं निकलदी, आ खेत बहुत निकलदा इहदे च, जणी पूरी तकड़ी जीरी हुंदी आ। असीं तां इक वार रोटावेटर फेर के अगली बार बी पा के फेर दिंदे आ, कणक बथेरी निकलदी आ। ਗੁਰਦਾਸਪੁਰ ਤੋਂ ਮਾਝੇ ਵਾਲੇ ਬਾਬੇ 3 ਕਿੱਲੇ ਨੇ ਵੀਰੇ। ਡਿਜੀ ਟਰੈਕ ਤਾਂ ਵੀਡੀਓ ਬਣਾ ਲਓ ਵੀਰੇ, ਡਿਜੀ ਟਰੈਕ 'ਤੇ ਵੀਡੀਓ ਬਣਾ ਲਓ। ਓਕੇ ਵੀਰ ਜੀ, ਜ਼ਰੂਰ ਬਣਾਵਾਂਗੇ। ਕੀ ਨਵਾਂ ਵੀਰੇ? ਚੌਹਾਨ ਫਾਰਮ, ਕਿਹੜਾ ਪਿੰਡ ਆ ਚੌਹਾਨ ਫਾਰਮ ਵਾਲਿਆਂ ਦਾ? ਚੌਹਾਨ ਫਾਰਮ ਬਹੁਤ ਖਾਸਮ ਖਾਸ ਸੱਜਣ ਨੇ, ਇਹਨਾਂ ਨੂੰ ਫੋਲੋ ਸਬਸਕ੍ਰਾਈਬ ਕਰੋ ਭਾਈ। ਚੌਹਾਨ ਫਾਰਮ ਸਾਡੇ ਦੇਵਤੇ। ਹੋਰ ਦੱਸੋ, ਬਹਾਦਰਪੁਰ ਬਾਈ ਜੀ ਕਿੱਥੇ ਅਲੋਪ ਹੋ ਗਏ ਹੋ? ਲਵ ਫਰੋਮ US। ਬੱਲੇ, ਸਾਡੇ ਟੱਬਰ ਵੀ ਸਾਰਾ US ਰਹਿੰਦਾ, ਕੈਲੀਫੋਰਨੀਆ ਸੈਗਰਾਮੈਂਟੋ। ਹੋਲੈਂਡ 6500 ਕਿਵੇਂ ਆ ਬਾਈ? ਅੱਛਾ ਬਾਈ ਬਾਈ ਵੀਡੀਓ ਉਹ ਸਿਡਨੀ ਤੋਂ ਨਹੀਂ ਹੈ ਕੋਈ? ਸਿਡਨੀ ਤੋਂ ਕਹਿੰਦੇ ਬਹੁਤ ਸੋਹਣਾ ਸ਼ਹਿਰ। ਝੂਠ ਬੋਲਦਾ ਕਿ 3 ਕਿੱਲੇ ਨੇ ਵੀਰ ਜੀ। ਸੁਪਰ ਸੀਡਰ ਦੀ ਸਬਸਿਡੀ ਦੀਆਂ ਫਾਈਲਾਂ ਦੁਬਾਰਾ ਲੱਗਣੀਆਂ? ਹਾਂ ਵੀਰੇ ਲੱਗਣੀਆਂ ਨੇ। ਥੈਂਕਸ ਫੋਰ ਲਵ ਯੂ, ਵੈਲਕਮ ਬੇ ਗੱਲ। ਜੀ ਫਿਰ ਲਓ ਮਾਰਾ ਚਾਚਾ ਜੀ, ਝੂਠ ਬੋਲਦੇ ਹੋ, ਠੀਕ ਆ ਵੀਰੇ, ਵੀਡੀਓ ਵਿੱਚ ਪੰਜਾਬੀ ਨਾ ਬੋਲਿਆ ਕਰੋ, ਹਰਿਆਣੇ ਸੇ ਵੀ ਦੇਖ। ਬਾਈ ਜੀ ਦੇਖੋ, ਤੁਸੀਂ ਜੀ ਸੱਦ ਕੇ ਹਰਿਆਣੇ ਤੋਂ ਦੇਖੋ, ਪਰ ਅਸੀਂ ਮੈਂ ਵੀਡੀਓ 'ਚ ਮੇਰੀ ਮਦਰ ਟੰਗ ਆ, ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਜਾਂ ਮੇਰੇ ਜੋ ਪਿਤਾ ਜੀ ਸੀ ਉਹ ਪੰਜਾਬੀ ਬੋਲਦੇ ਸੀ। ਮੈਂ ਇਹ ਚੈਨਲ ਚੱਲੇ ਨਾ ਚੱਲੇ ਭੈਣ ਘੜਾਵੇ, ਮੈਂ ਹਿੰਦੀ ਦਾ ਇੱਕ ਡੱਕਾ ਵੀ ਨਹੀਂ ਵੀਰ ਜੀ ਬੋਲਣਾ, ਇਸ ਵਾਸਤੇ ਮੈਂ ਮਾਫੀ ਚਾਹੁੰਦਾ। ਤੁਹਾਨੂੰ ਹਿੰਦੀ ਪਸੰਦ ਆ, ਤੁਸੀਂ ਹਿੰਦੀ ਵਾਲੇ ਚੈਨਲ ਦੇਖੋ, ਪਰ ਮੈਨੂੰ ਵੀਰ ਬਣ ਕੇ ਹਿੰਦੀ ਬੋਲਣ ਨੂੰ ਨਾ ਕਹੋ, ਮੈਨੂੰ ਤਾਂ ਬਹੁਤ ਭੈੜੀ ਲੱਗਦੀ ਆ। ਮੈਂ ਕਿਸੇ ਨੂੰ ਕੁਛ ਕਹਿਣਾ ਨਹੀਂ ਚਾਹੁੰਦਾ, ਮੈਂ ਬੋਲ ਬੜੇ ਚੰਗੀ ਲੈਂਦਾ, ਪਰ ਮੈਂ ਇਹ ਯੂਟਿਊਬ ਚੈਨਲ 'ਤੇ ਮੈਂ ਹਿੰਦੀ ਨਹੀਂ ਬੋਲ ਸਕਦਾ ਬਾਈ ਜੀ, ਮੈਨੂੰ ਤਾਂ ਨਫ਼ਰਤ ਬਹੁਤ ਹੈ। ਹੋਤਾ ਹੈ ਕਿਆ ਹੈ ਪੰਜਾਬੀ ਵਰਗੀ ਲੈਂਗੁਏਜ ਆ? ਡਰ ਹੱਟਾ, ਦੱਸੋ ਕਿਹੜੀ ਏਕਣ ਭਾਸ਼ਾ ਹੈ? ਇੰਨੇ ਸਲੈਂਗ, ਮੈਨੂੰ ਵੀਰ ਬਣ ਕੇ ਹਿੰਦੀ ਹੁੰਦੀ ਨਾ ਕਿਹਾ ਕਰੋ, ਮੈਨੂੰ ਤਾਂ ਨਫ਼ਰਤ ਹੈ ਬਹੁਤ ਹਿੰਦੀ ਤੋਂ, ਸੋ ਇਸ ਗੱਲੋਂ ਮੈਂ ਮਾਫ਼ੀ ਚਾਹੁੰਦਾ। ਅਸੀਂ ਯਾਰ 2-2.5-3 ਕਰੋੜ ਤਾਂ ਬੰਦੇ ਹਾਂ ਯਾਰ, ਸਾਨੂੰ ਸਾਡੀ ਮਦਰ ਟੰਗ ਨਾਲ ਕਿਹਦੇ ਕੋਲ ਹੱਕ ਆ ਤੋੜਨ ਦਾ? ਇਹ ਗਲਤ ਗੱਲ ਆ ਬਾਈ ਜੀ, ਜੇ ਤੁਸੀਂ ਹਰਿਆਣੇ ਤੋਂ ਚੰਗੀ ਗੱਲ ਹੈ, ਪਰ ਸਾਡੀ ਇਹ ਮਾਤ ਭਾਸ਼ਾ, ਸਾਡੀ ਮਾਂ ਨੇ ਸਾਨੂੰ ਇਹ ਲੈਂਗੁਏਜ ਸਿਖਾਈ ਹੈ, ਇਹ ਸਾਨੂੰ ਨਾ ਇਹ ਤੋਂ ਪਲੀਜ਼ ਤੋੜ ਟੁੱਟਣ ਵਾਸਤੇ ਕਹੋ, ਇਹ ਨਹੀਂ ਮੈਨੂੰ ਜਮਾਂ ਹੀ ਬਾਜੋ, ਅੰਗਰੇਜ਼ੀ 'ਚ ਪਾ ਲੂੰ ਪਰ ਹਿੰਦੀ ਨਹੀਂ। ਸਾਡਾ ਤਾਂ ਬੇੜਾ ਗਰਕ ਕਰਤਾ ਮੋਦੀ ਨੇ, ਸਾਡੇ ਬੰਦੇ ਉੱਥੇ ਇੰਨੇ ਸ਼ਹੀਦ ਹੋ ਰਹੇ ਨੇ, ਇੰਨੇ ਉੱਥੇ ਬੰਦੇ ਬੈਠੇ ਨੇ, ਸਾਡਾ ਜੀ ਕਰਦਾ ਯਾਰ ਹਿੰਦੀ ਬੋਲਣ ਨੂੰ? ਅਸੀਂ ਨਹੀਂ ਬਾਈ ਜੀ ਬੋਲ ਸਕਦੇ ਹਿੰਦੀ, ਸੋਰੀ। ਕੀ ਦਿੱਤਾ ਸਾਨੂੰ ਹਿੰਦੀ ਬੋਲਣ ਵਾਲਿਆਂ ਨੇ ਅੱਜ ਤੱਕ? ਕਾਹਦੇ ਬੋਲੀ ਅਸੀਂ ਹਿੰਦੀ ਬਾਈ? ਵੱਡੇ ਜਾਵਾਂਗੇ ਪਰ ਹਿੰਦੀ ਨਹੀਂ ਬੋਲ ਸਕਦੇ। ਵੀਰ ਬਣ ਕੇ ਮੈਨੂੰ ਨਾ ਥੱਲੇ ਯਾਰ ਮੈਸੇਜ ਕਰਿਆ ਕਰੋ ਕਿ ਹਿੰਦੀ ਕਿਉਂ ਬੋਲਾਂ ਯਾਰ ਮੈਂ, ਹਿੰਦੀ ਕਾਹਦੇ ਵਾਸਤੇ ਬੋਲਾਂ ਯਾਰ, ਕਿਉਂ ਬੋਲਾਂ? ਜੋ ਮੈਨੂੰ ਮੇਰੀ ਮਾਂ ਨੇ ਸਿਖਾਇਆ, ਜੋ ਸਾਨੂੰ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਪਾਲਿਆ, ਸਾਨੂੰ ਤੁਰਨਾ ਸਿਖਾਇਆ, ਸਾਨੂੰ ਬੋਲਣਾ ਸਿਖਾਇਆ, ਸਾਡੀ ਲੈਂਗੁਏਜ 'ਚ ਕੀ ਘਾਟ ਹੈ? ਤੁਸੀਂ ਪੰਜਾਬੀ ਸਿੱਖੋ, ਮੈਂ ਟਿਊਸ਼ਨ ਦੀ ਫੀਸ ਦਿੰਦਾ ਤੁਹਾਨੂੰ, ਮੇਰੇ ਚੈਨਲ ਤੋਂ ਸਿੱਖਿਆ ਕਰੋ, ਮੈਂ ਵੀਡੀਓ ਪਾਇਆ ਕਰੂੰਗਾ, ਊੜਾ ਆੜਾ ਈੜੀ ਸੱਸਾ ਹਾ ਕੱਕ ਖ ਗੱਗਾ ਘੱਗਾ, ਤੁਸੀਂ ਕਹਤੇ ਯਾਰ ਹੈ ਨਾ ਯਾਰ ਕਰੋ ਮਸਾਂ। ਤਾਂ ਸਾਡੀ ਇੰਨੀ ਕਿਊਟ ਆਡੀਅੰਸ ਆ, ਕਨੇਡਾ 'ਚ ਬੈਠੇ ਨੇ ਬੰਦੇ, ਸਾਡੇ US 'ਚ ਬੈਠੇ ਨੇ, ਆਸਟ੍ਰੇਲੀਆ 'ਚ ਬੈਠੇ ਨੇ। ਨਹੀਂ ਬਾਈ ਰਾਹੁਲ ਸਾਹਿਬ, ਇਹ ਮੇਰੀ ਬੇਨਤੀ ਆ, ਇਸ ਕਿਸਮ ਦੀਆਂ ਗੱਲਾਂ ਨਾ ਕਰੋ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਸਾਡੀ ਮਾਤ ਭਾਸ਼ਾ,
ਅਸੀਂ ਪੰਜਾਬੀ ਨੂੰ ਪਸੰਦ ਕਰਦੇ ਹਾਂ, ਜਿਹੜੀ ਤੁਹਾਡੀ ਆ ਤੁਸੀਂ ਉਹਨੂੰ ਪਸੰਦ ਕਰੋ, ਤੁਸੀਂ ਬੋਲੋ ਹਿੰਦੀ, ਅਸੀਂ ਨਹੀਂ ਬੋਲ ਸਕਦੇ। ਮੈਂ ਨਹੀਂ ਕਹਿਣਾ ਹੋਤਾ ਹੈ, ਭਈਆਂ ਵਾਲੀ ਚੰਗੀ ਲੱਗਦੀ ਹੈ ਯਾਰ। ਵੀ 5310 ਸੁਪਰ ਸੀਡਰ 7 ਫੁੱਟ 7 ਫੁੱਟ। ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਥੋੜ੍ਹੀ ਜੀ, ਰੋਟਾਵੇਟਰ ਹਮੇਸ਼ਾ 7 ਫੁੱਟ ਹੀ ਰੱਖਿਆ ਕਰੋ, 60-65 ਪਾਵਰ ਤੱਕ ਕਾਂਚ ਕੱਢ ਦਿੰਦਾ ਰੋਟਾਵੇਟਰ। ਬਾਹਰ 120 ਹਾਊਸ ਪਾਵਰ ਤੱਕ 8 ਫੁੱਟ ਰੋਟਾਵੇਟਰ ਪਾਉਂਦੇ ਨੇ, ਉਰੇ ਹਰੇਕ 10 ਫਸਾ ਲੈਂਦਾ। 7 ਫੁੱਟ ਰੋਟਾਵੇਟਰ ਵਾਧੂ ਹੈ, ਬੈਲੈਂਸ ਰਹਿੰਦਾ, ਸੜਕ 'ਤੇ ਲਿਜਾਣਾ ਸੌਖਾ ਹੈ, ਹੈਂ ਹਰ ਚੀਜ਼। ਤੁਹਾਨੂੰ ਡੈਪਥ ਚਾਹੀਦੀ ਹੈ, ਤੁਹਾਨੂੰ ਡੈਪਥ ਦੇ ਦਿੰਦਾ। ਬਾਹਲਾ ਵੱਡੇ ਰੋਟਾਵੇਟਰ ਦਾ ਬਾਈ ਜੀ ਕੋਈ ਤੁੱਕ ਨਹੀਂ ਬਣਦਾ, ਰੋਟਾਵੇਟਰ ਸਾਫ ਸਿਰ ਦੇ ਹਮੇਸ਼ਾ। ਆਹ ਜਦੋਂ ਆਹ ਪੂਛਾ ਦੇ ਕਰਚੇ ਆ ਦੇਖ ਲਓ, ਆਹ ਖੜੀ ਆ ਅਤੇ ਨਾੜ ਦੇਖ ਲਾ ਕਿਹੋ ਜਿਹਾ, ਇਹ ਜਿਹਾ ਵਾਹੁਣਾ ਪੈਂਦਾ ਨਾ। ਆਹ 63 ਰਾਟ ਪਾਉਂਦਾ ਹੁੰਦਾ 7 ਫੁੱਟ 'ਤੇ, ਬੜੇ 80-80-90-90 ਪਾਵਰ ਦੇ ਟਰੈਕਟਰ ਬੰਦ ਹੋਣ ਤੱਕ ਜਾਂਦੇ ਨੇ, ਰਾਟ ਪਾਉਂਦੇ ਹੁੰਦੇ ਨੇ। ਕਿ ਉਹੀ ਉਹ 10 ਫੁੱਟ 20 ਫੁੱਟ ਉਹਦਾ ਕੋਈ ਫਾਇਦਾ ਬਾਈ? ਉਹ ਮਾਣ ਠੀਕ ਆ ਵੀਰੇ, ਉਹ ਤੁਹਾਡਾ ਧੰਨਵਾਦ ਹੈ, ਪਰ ਯਾਰ ਮੈਂ ਕਿਹੜਾ ਯਾਰ ਕਦੇ ਕਿਸੇ ਨੂੰ ਕਹਿਣਾ ਵੀ ਵੀਰੇ ਤੁਸੀਂ ਹਿੰਦੀ ਬੋਲੋ? ਮੈਂ ਜਦ ਕਿਸੇ ਨੂੰ ਨਹੀਂ ਕਹਿੰਦਾ ਬਈ, ਮੈਨੂੰ ਮੇਰਾ ਵੀ ਜੀ ਕਰਦਾ ਕਿ ਕੋਈ ਮੈਨੂੰ ਵੀ ਨਾ ਕਹੇ ਯਾਰ, ਕਾਹਤੇ ਬੋਲੀਏ ਯਾਰ ਹਿੰਦੀ, ਕਾਹਦੇ ਵਾਸਤੇ ਬੋਲੀਏ ਅਸੀਂ, ਭੈੜੀ ਲੈਂਗੁਏਜ। ਮੈਂ ਕਿਹੜਾ ਬਾਬਾ ਰਾਮਦੇਵ ਆ ਗਾ, ਅੱਖ ਜੀ ਮਿਚ ਕੇ ਲੱਗ ਜਾ ਮੈਂ ਬੋਲਣ। ਸਾਡੀ ਮਾਤ ਭਾਸ਼ਾ ਯਾਰ, ਇੰਨੇ ਸੋਹਣੇ ਸਾਡੇ ਗਾਣੇ, ਇੰਨਾ ਸੋਹਣਾ ਸਾਡਾ ਮਿਊਜ਼ਿਕ। ਲੋਕ ਤਾਂ ਪੰਜਾਬੀ ਸਿੱਖਦੇ ਨੇ, ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਕੱਲ੍ਹ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀ, ਇੱਕ ਮੈਂ ਵੀਡੀਓ ਜੀ ਦੇਖ ਰਿਹਾ ਸੀ, ਉਹ ਮੁੰਡਾ ਪਾਉਂਦਾ ਹੁੰਦਾ, ਉਹ ਹੈ ਤਾਂ ਸ਼ੇਵ ਜੀ ਕਰਕੇ ਰੱਖਦਾ ਛੋਟੇ ਛੋਟੇ ਵਾਲ, ਮੈਂ ਉਹਦਾ ਨਾਂ ਭੁੱਲ ਗਿਆ, ਪਤਾ ਨਹੀਂ ਕੀ ਨਾਂ ਉਹਦਾ, ਪਤਾ ਨਹੀਂ ਕੈਨੇਡਾ ਤੋਂ, ਇੰਦੀ ਜਸਵਾਲ, ਉਹ ਵੀਡੀਓ ਜੀ ਪਾਉਂਦਾ ਹੁੰਦਾ ਦੇਖ ਰਿਹਾ। ਮਲਟੀਪਲ ਲੈਂਗੁਏਜ ਵਾਸਤੇ ਇੰਗਲਿਸ਼ ਹੈ ਜੀ, ਆਪਣੇ ਮੈਸੇਜ ਨੂੰ ਦੇਣ ਲਈ ਐਗਰੀਡ ਵਿਦ ਯੂ, ਪਰ ਉਹਦੇ ਵਾਸਤੇ ਇੰਗਲਿਸ਼ ਹੈ। ਹਿੰਦੀ ਕਾਹਦੇ ਵਾਸਤੇ ਬੋਲੀਏ ਬਈ? ਅਸੀਂ ਸਾਡਾ 600 ਬੰਦਾ ਬੈਠਾ ਉੱਥੇ, ਸਾਰੇ ਹਿੰਦੀ ਬੋਲਣ ਵਾਲਿਆਂ ਕਰਕੇ ਬੈਠਾ, ਇਹ ਨਹੀਂ ਬੋਲਣੀ ਮੈਂ ਵੀਰ। ਆਪਣੇ ਕੋਲ 963 4x4 ਨਿਊ ਲਿਆ, ਤੁਸੀਂ ਯੂਜ਼ ਕਰਦੇ ਹੋ ਕੋਈ ਜ਼ਿਆਦਾ ਧਿਆਨ ਦੇਣ ਵਾਲੀ? ਜ਼ਿਆਦਾ ਧਿਆਨ ਦੇਣ ਵਾਲੀ ਅੱਗਿਓਂ ਤੇਲ ਟਾਈਮ ਨਾ ਬਦਲਾਉਣਾ, ਉਹ ਨਾ ਡਿਲੇ ਕਰਿਓ, ਜਿੰਨੇ ਟਾਈਮ 'ਤੇ ਕੰਪਨੀ ਕਹਿੰਦੀ ਅਗਲੇ ਹਿੱਸੇ ਦਾ ਤੇਲ ਸੇਮ ਉਸੇ ਟਾਈਮ 'ਤੇ ਬਦਲਾਉਣਾ। ਅਗਲੇ ਹਿੱਸੇ ਨੂੰ ਗਰੀਸ ਦਾ ਹਮੇਸ਼ਾ ਧਿਆਨ ਰੱਖਣਾ, ਜੇ ਗਰੀਸ ਨਾ ਕੀਤਾ ਸਾਰਾ ਕੁਛ ਵੱਢਿਆ ਜਾਂਦਾ ਅੰਦਰੋਂ। ਗਰੀਸ ਕਰਨਾ ਬਹੁਤ ਜ਼ਰੂਰੀ ਆ ਅਤੇ ਸਮੇਂ ਸਿਰ ਤੇਲ ਬਦਲਣਾ ਬਹੁਤ ਜ਼ਰੂਰੀ ਆ। ਅਤੇ ਸੜਕ 'ਤੇ ਇਹਨੂੰ ਕਦੇ ਨਹੀਂ ਲਾਉਣਾ ਬਾ, ਜਦੋਂ ਖੇਤ ਦੇ ਵਿੱਚ ਕਈ ਵਾਰ ਆਪਾਂ ਦੂਜੇ ਤੀਜੇ ਟਰੈਕਟਰ ਭਜਾਉਂਦੇ ਹਾਂ, ਬਿਲਕੁਲ ਨਹੀਂ ਭਜਾਉਣਾ। 15 ਕਿਲੋਮੀਟਰ ਦੀ ਸਪੀਡ ਤੋਂ ਥੱਲੇ ਥੱਲੇ ਇਹਨੂੰ ਇਸਤੇਮਾਲ ਕਰਨਾ, ਕੋਸ਼ਿਸ਼ ਇਹ ਕਰਨੀ ਆ 15 ਕਿਲੋਮੀਟਰ ਦੀ ਸਪੀਡ ਤੋਂ ਇਹਨੂੰ ਥੱਲੇ ਹੀ ਇਸਤੇਮਾਲ ਕਰਨਾ। ਜੇ ਉੱਪਰ ਇਹਨੂੰ ਇਸਤੇਮਾਲ ਕਰੋਗੇ ਤਾਂ ਤੁਹਾਡਾ ਨੁਕਸਾਨ ਹੋਊਗਾ, ਚਲੇ ਜਾਂਦੇ ਖੜ੍ਹੇ ਨਹੀਂ ਕੱਢਣਾ, ਹਮੇਸ਼ਾ ਸੌਰੀ ਖੜਾ ਕੇ ਕੱਢਣਾ, ਅੰਗੇਜ ਜਾਂ ਡਿਸਅੰਗੇਜ ਕਰਨਾ। ਹਾਂਜੀ ਗੋਗਾ ਸਿੱਧੂ, ਕੀ ਹਾਲ ਆ ਵੀਰੇ? ਅੱਛਾ ਟਰੈਕਟਰ ਆ ਬਾਈ 5510, ਬਹੁਤ ਘੈਂਟ ਆ, ਚੜ੍ਹਾਈ ਆ ਪੂਰੀ, ਵਧੀਆ ਟਰੈਕਟਰ ਆ 5510 ਪ੍ਰੋ, ਮਾੜਾ ਨਹੀਂ, ਚੰਗੀ ਵਿਕਰੀ 'ਚ। ਵੈਦਰ ਬਾਈ ਠੀਕ ਆ? ਐਂ ਤਾਂ ਫਿਰ ਦੋ ਚੀਜ਼ਾਂ ਤਾਂ ਸ਼ਾਨ ਨੇ ਕਹਿੰਦੇ ਜੱਟਾਂ ਦੀਆਂ, ਇੱਕ ਕਾਲੇ ਰੰਗ ਦੀ ਸਕੋਰਪੀਓ, ਇੱਕ 54-5 ਜੌਂਡੀਅਰ, ਇੱਕ ਬੁਲਟ, ਤਿੰਨ ਜੱਟਾਂ ਦੇ ਘਰਾਂ ਦਾ ਕਹਿੰਦੇ ਸ਼ਿੰਗਾਰ ਨੇ, ਜੌਂਡੀਅਰ ਟਰੈਕਟਰ, ਸਕੋਰਪੀਓ ਗੱਡੀ ਕਾਲੇ ਰੰਗ ਦੀ, ਕਾਲੇ ਰੰਗ ਦਾ ਬੁਲਟ। ਮੰਜਾ ਦੱਸਦਾ ਆਪਾਂ ਪੰਪ ਪਟਿਆਲੇ ਪਾਲ ਵਾਲਿਆਂ ਤੋਂ ਕੋਲੋਂ ਵੀ ਕਰਵਾ ਸਕਦੇ ਹਾਂ, ਮੈਂ ਕਰਵਾ ਸਕਦੇ ਹਾਂ ਮੱਖਣ ਜੀ।
ਤੋਰੀਏ ਨੂੰ ਸਮਾਪਤੀ ਵੱਲ ਬਹੁਤ ਆ ਫਿਰ ਹੁਣ ਅੱਜ ਵਾਸਤੇ ਕੋਈ ਕਿਸੇ ਦਾ ਸੁੱਖ ਸੁਨੇਹਾ ਉਹ ਤਾਂ ਦੇ ਦਿਓ ਨਹੀਂ ਫਿਰ ਇਹਨੂੰ ਬੰਦ ਕਰੀਏ ਮੇਰਾ ਹੁਣ ਜੀ ਕਰ ਰਿਹਾ ਮੈਂ ਮੁਰਗੀਆਂ ਵਾਲਾ ਖੁੱਡਾ ਬਣਾਵਾਂ ਯਾਰ ਆਹ ਦੇਖਾ ਬਾਂਸ ਪਏ ਨੇ ਬਾਂਸ ਕੱਢ ਦਿੰਦੇ ਹਾਂ ਹੋਰ ਜਾਲੀਆਂ ਜੂਲੀਆਂ ਬਥੇਰੀਆਂ ਪਈਆਂ ਨੇ ਆਪਣੇ ਕੋਲ ਕੂੜਾ ਕਬਾੜ ਬਾਈ ਜੀ ਜੇ ਆਪ ਨੂੰ ਮਿਲਣਾ ਹੋਵੇ ਪਾਰਸੋਂ ਆ ਜੀ ਵੀਰੇ ਜਾਂ ਸਰਹੰਦ ਆ ਜੀ ਤਾਂ ਯਾਰ ਮੈਂ ਕੀ ਕਰਾਂ ਤੁਸੀਂ ਉਹਨਾਂ 'ਤੇ ਕੇਸ ਕਰੋ ਰਾਹੁਲ ਸਾਹਿਬ ਉਹਨਾਂ 'ਤੇ ਕੇਸ ਕਰੋ ਉਹਨਾਂ ਨਾਲ ਲੜੋ ਮੇਰਾ ਉਹਦੇ ਵਿੱਚ ਕੀ ਕਸੂਰ ਆ ਕਰਤੇ ਤਾਂ ਮੈਂ ਕੀ ਕਰਾਂ ਮੈਂ ਤਾਂ ਨਹੀਂ ਪੈਸੇ ਲਏ ਮੇਰੇ ਨਾਲ ਕਾਹਤੇ ਬਹਿਸ ਹੀ ਜਾਂਦਾ ਯਾਰ ਮਾਰਕੋ ਮੇਰਾ ਕੀ ਕਸੂਰ ਹੈ ਇਹਦੇ 'ਚ ਕਰਤੇ ਕਰਾਤੇ ਹੁਣ ਮੈਂ ਕੋਈ ਪਰਮਾਤਮਾ ਥੋੜੋਂ ਸਰਹੰਦ ਮੰਡੀ 'ਚ ਵੀਰੇ ਮੰਡੀ 'ਚ ਵੀਡੀਓ ਤੋਂ ਬਣਾਈ ਸੀ ਆਪਣੇ ਉਨਕੀ ਤੋਂ ਮੈਂ ਹੁਣ ਵੀ ਬਣਾ ਦੂੰਗਾ ਮੈਂ ਕਿਤੇ ਕਿਹਾ ਮੈਂ ਕਿਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਪੰਪ ਖਰਾਬ ਕਰੋ ਮੈਂ ਕਿਸੇ ਜ਼ਿਮੀਦਾਰ ਨੂੰ ਕਿਹਾ ਮੈਂ ਤਾਂ ਤੁਹਾਡੀ ਵੀ ਬਣਾ ਦੂੰਗਾ ਤੂੰ ਆ ਜਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਮੇਰੇ ਕੋਲ ਉਹ ਆ ਜਾਓ ਮੇਰਾ ਕੰਮ ਆ ਵੀਡੀਓ ਬਣਾਉਣੀ ਮੇਰਾ ਕੰਮ ਕਿਸੇ ਚੀਜ਼ ਨੂੰ ਪ੍ਰੂਵ ਕਰਨਾ ਨਹੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਮੇਰੇ ਕੋਲ ਟਰੈਕਟਰ ਲੈ ਕੇ ਆ ਜਾਓ ਮੈਂ ਤੁਹਾਡੀ ਬਣਾਉਣਾ ਕਿਸਾਨ ਮਜ਼ਦੂਰ ਇੱਕ ਤਾਂ ਮੈਸੇਜ ਦੋ ਵਾਰ ਵੀਰ ਜੀ ਕਿਸਾਨ ਮਜ਼ਦੂਰ ਇੱਕ ਤਾਂ ਸੱਚੀ ਜਿੰਦਾਬਾਦ ਹੈ ਇੱਕ ਗੱਲ ਧਿਆਨ ਕਰ ਲਿਓ ਕਿਸਾਨ ਮਜ਼ਦੂਰ ਏਕਤਾ ਬਾਰੇ ਮੈਂ ਇਸੇ ਕਰਕੇ ਹਮੇਸ਼ਾ ਕਹਿਣਾ ਹੁੰਦਾ ਜਿੱਦਣ ਜ਼ਿਮੀਦਾਰ ਮਰ ਗਿਆ 80-85% ਐਗਰੀਕਲਚਰ ਸੈਕਟਰ ਆ ਅਗਰੇਰੀਅਨ ਇਕੋਨਮੀ ਆ ਕਿਸੇ ਨੇ ਸੁਨਿਆਰ ਤੋਂ ਮੁੰਦਰੀਆਂ ਨਹੀਂ ਜਾਣਾ ਸਾਰਾ ਕੁਛ ਠੱਪ ਹੋ ਜਾਊਗਾ ਜ਼ਿਮੀਦਾਰਾਂ ਨਾਲ ਤਾਂ ਡਟ ਕੇ ਖੜਨ ਦਾ ਫਰਜ਼ ਆ ਹਰ ਬੰਦੇ ਦਾ ਹੀ ਹਰ ਵਰਗ ਦਾ ਇੱਥੇ ਹੈ ਕੁਛ ਨਹੀਂ ਇੱਥੇ ਸਾਰਾ ਦਰਮਦਾਰ ਹੈ ਖੇਤੀ 'ਤੇ ਹੈਗਾ ਵੀਰੇ ਹੈਗਾ ਕਿਤੇ ਮੋਬਾਈਲ ਨੰਬਰ ਵੀਰੇ ਫੇਸਬੁੱਕ 'ਤੇ ਆ 76588-6062 ਦਿੱਲੀ ਧਰਨੇ 'ਤੇ ਜਾਣ ਦਾ ਮੈਸੇਜ ਦੇ ਦਿਓ ਹਾਂਜੀ ਸਾਰਿਆਂ ਨੂੰ ਬੇਨਤੀ ਆ ਅਗਰ ਪੋਸੀਬਲ ਆ ਤਾਂ ਦਿੱਲੀ ਧਰਨੇ 'ਤੇ ਸਾਰੇ ਜਾਓ ਯਾਰ ਜ਼ਰੂਰ ਜਾਓ ਕਿਉਂ ਨਹੀਂ ਜਾਣਾ ਹੁਣ ਕਈ ਬੰਦੇ ਮੈਨੂੰ ਕਹਿੰਦੇ ਨੇ ਬਾਈ ਤੂੰ ਨਹੀਂ ਜਾਂਦਾ ਵੀਰੇ ਮੇਰੀ ਮਜਬੂਰੀ ਆ ਮੈਂ ਘਰੇ ਇਕੱਲਾ ਰਹਿਣਾ ਮੇਰੀ ਮੇਰੇ ਪਰਿਵਾਰ ਨੂੰ ਦੇਖਣਾ ਵੀ ਮੇਰੀ ਨੈਤਿਕ ਜ਼ਿੰਮੇਵਾਰੀ ਆ ਮੈਂ ਨਹੀਂ ਜਾ ਸਕਦਾ ਇਕੱਲਾ ਬੰਦਾ ਹੋਣ ਕਰਕੇ ਬਾਹਰ ਫਾਰਮ ਹਾਊਸ 'ਚ ਰਹਿੰਦੇ ਹਾਂ ਇਹਦੇ ਕਰਕੇ ਮੈਨੂੰ ਕਈ ਬੰਦੇ ਕਹਿੰਦੇ ਨੇ ਬਾਈ ਤੂੰ ਜਾਂਦਾ ਨਹੀਂ ਬਾਈ ਪਰਿਵਾਰ ਵੀ ਤਾਂ ਜ਼ਰੂਰੀ ਹੈ ਨਾ ਜੇ ਮੇਰੇ ਕੋਈ ਇੱਕ ਵੀ ਬੰਦਾ ਕੋਈ ਮੇਰਾ ਹੁੰਦਾ ਪਰਿਵਾਰਕ ਮੈਂ ਜ਼ਰੂਰ ਜਾਂਦਾ ਜਿਹਦੀ ਮਜਬੂਰੀ ਆ ਉਹ ਇੱਕ ਅਲੱਗ ਚੀਜ਼ ਆ ਜੇ ਤੁਹਾਡੇ ਕੋਲ ਪਿੱਛੇ ਕੰਮ ਸਾਂਭਣ ਨੂੰ ਬੰਦੇ ਨੇ ਜਾਂ ਕੋਈ ਤਰੀਕਾਕਾਰ ਬਣ ਸਕਦਾ ਤਾਂ ਜ਼ਰੂਰ ਜਾਓ ਦੇਖੋ 26 ਠੀਕ ਆ ਆਪਣੀ ਬਾਈ ਪਰ ਗੇਅਰ ਦੀ ਪ੍ਰੋਬਲਮ ਬਹੁਤ ਆ ਡਿਊਟਫਾਰ ਨੂੰ ਯਾਰ ਇੱਕ ਗੱਲ ਮੈਂ ਦੁਬਾਰੇ ਫਿਰ ਕਲੀਅਰ ਕਰ ਦਿੰਦਾ ਜਿਹੜੇ ਮੈਨੂੰ ਕਹੀ ਜਾਂਦੇ ਨੇ ਬਾਈ ਪਾਲ ਪੰਪ ਵਾਲਿਆਂ ਦੀ ਮੇਰਾ ਕੰਮ ਵੀਡੀਓ ਬਣਾਉਣਾ ਮੈਂ ਪਾਤੀ ਮੈਂ ਮੁੜ ਕੇ ਵੀਡੀਓ ਵੀ ਨਹੀਂ ਪਾਈ ਮੈਂ ਕਿਹਾ ਯਾਰ ਇਹਨਾਂ ਨੂੰ ਇਤਰਾਜ਼ ਆ ਮੈਂ ਨਹੀਂ ਪਾਉਂਦਾ ਕੀ ਲੋੜ ਹੈ ਮੈਂ ਕਿਹੜਾ ਕਿਸੇ ਤੋਂ ਪੈਸੇ ਲੈ ਕੇ ਪਾਉਣੀ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤੁਸੀਂ ਆ ਜਾਓ ਮੇਰੇ ਕੋਲ ਮੈਂ ਤੁਹਾਡੀ ਪਾ ਦਿੰਦਾ ਮੇਰਾ ਹਰੇਕ ਚੀਜ਼ ਦੇਣ ਦਾ ਕੋਈ ਪ੍ਰਮਾਣ ਨਹੀਂ ਹੈਗਾ ਕਿਸੇ ਨੂੰ ਪ੍ਰੋਬਲਮ ਲੱਗਦੀ ਆ ਤੁਸੀਂ ਨਾ ਜਾਓ ਯਾਰ ਮੈਂ ਨਹੀਂ ਕਹਿੰਦਾ ਵੀ ਮੇਰੇ ਕਰਕੇ ਜਾਓ ਬਿਲਕੁਲ ਨਾ ਜਾਓ ਤੁਸੀਂ ਆਪ ਆਪਣੇ ਅੱਖਾਂ ਖੋਲ੍ਹ ਕੇ ਹਰੇਕ ਚੀਜ਼ ਦੇਖੋ ਵਾਚੋ ਸਵੈ ਪੜਚੋਲ ਕਰੋ ਗੁਰਦੇਵ ਕੀ ਫਾਇਦਾ ਹੈ ਭਤੀਜਾ ਆਹ ਨਹੀਂ ਗੱਲਾਂ ਵਧੀਆ ਲੱਗਦੀਆਂ ਯਾਰ ਮੈਨੂੰ ਜਮਾਂ ਹੀ ਇਹ ਤਾਂ ਘਟੀਆ ਹਰਕਤਾਂ ਹੁੰਦੀਆਂ ਜਿਹੜੀਆਂ ਤੂੰ ਕਰਦਾ ਮੈਸੇਜ ਆ ਪਾ ਕੇ ਡਿਲੀਟ ਕਰ ਦੇਣਾ ਇਹ ਕਿਹੜੀਆਂ ਗੱਲਾਂ ਨੇ ਮੈਂ ਤੈਨੂੰ ਵਧੀਆ ਬੰਦਾ ਸਮਝਦਾ ਤੇਰੀ ਤਾਂ ਕੁਆਲਿਟੀ ਉਹ ਘਟੀਆ ਯਾਰ ਇੱਜ਼ਤਦਾਰ ਹੋਣ ਦਾ ਸਬੂਤ ਦਿਓ ਪਰਿਵਾਰਕ ਹੋਣ ਦਾ ਸਬੂਤ ਦਿਓ ਅੱਛੀਆਂ ਫੈਮਲੀਆਂ ਨੂੰ ਬਿਲੋਂਗ ਕਰਨ ਵਾਲੇ ਲੋਕ ਇਹੋ ਜਿਹੇ ਕੰਮ ਨਹੀਂ ਕਰਦੇ ਹੁੰਦੇ ਹੁਣ ਤੁਸੀਂ ਆਪਣੇ ਆਪ ਸੋਚ ਲਓ ਮੈਂ ਕੱਦਾਂ ਦੇਖੀ ਜਾਂਦਾ ਮੈਂ ਚਲਕਾਂ ਕਿਸੇ ਨੂੰ ਵੀ ਆਪਾਂ ਨੂੰ ਕੀ ਲੋੜ ਆ ਯਾਰ ਠੀਕ ਆ ਸਤਵੰਤ ਵੀਰੇ ਅੱਛੀ ਗੱਲ ਆ ਤੁਹਾਡਾ ਫੇਵਰੇਟ ਖੋਲ੍ਹਤੇ ਵੀਰੇ ਖੋਲ੍ਹਤੇ ਇਹ ਨਹੀਂ ਅੱਛੀਆਂ ਗੱਲਾਂ ਵਧੀਆ ਮਿਹਨਤੀ ਆ ਤੇਰਾ ਬੁੜਾ ਵਧੀਆ ਹੈਂ ਮਾੜੀ ਮੋਟੀ ਉਹਦੀ ਰੀਸ ਕਰ ਲੈ ਬਾਪੂ ਦੀ ਉਹ ਰੀਸ ਕਰ ਲੈ ਹੋਰ ਤਾਂ ਕਿਸੇ ਦੀ ਮੇਰੇ ਤੇਰੇ ਦੀ ਕਰਨੀ ਨਹੀਂ ਕਿੰਨਾ
ਬੜੀ ਸ਼ਰੀਫ ਡੈਡੀ ਆ ਤੇਰਾ। ਕਿਸੇ ਨੂੰ ਮੈਂ ਮੌੜ ਸਾਹਿਬ ਰਾਹੁਲ ਸਾਹਿਬ ਮੈਂ ਕਿਸੇ ਨੂੰ ਗਲਤ ਡਾਇਰੈਕਸ਼ਨ ਕਦੇ ਨਹੀਂ ਦਿੰਦਾ, ਤੁਸੀਂ ਆਪੇ ਫੜ ਲੈਂਦੇ ਹੋ। ਮੈਂ ਕਦੇ ਕਿਹਾ ਹੋਵੇ ਵੀ ਮੇਰੀ ਜ਼ਿੰਮੇਵਾਰੀ ਹੈ, ਤੁਹਾਨੂੰ ਨਹੀਂ ਪਸੰਦ ਨਾ ਜਾਓ ਯਾਰ, ਨਾਲੇ ਜਾਈ ਜਾਂਦੇ ਹੋ। ਉੱਥੇ ਜਾ ਕੇ ਦੇਖੋ ਮੇਲਾ ਲੱਗਿਆ ਪਿਆ, 500 ਬੰਦਾ ਖੜਾ ਹੁੰਦਾ। ਇਹ ਮਾਂ ਨੇ ਕਿਸੇ ਨੂੰ ਵਾਧੀ ਸਵਾਦੀ ਗੱਲ ਤੁਹਾਨੂੰ ਹੋਰ ਦੱਸ ਦਿੰਦਾ। ਪਿੱਛੇ ਜੇ ਇੱਕ ਕੇਸ ਆਇਆ ਸੀ ਨਿਰਾਪੁਰਾ, ਕਸੂਰ ਸਾਰਾ ਪਾਲ ਵਾਲਿਆਂ ਦਾ ਨਹੀਂ, ਆਪਣੇ ਜ਼ਿਮੀਂਦਾਰ ਬਹੁਤ ਇਹੋ ਜਿਹੀਆਂ ਗੱਲ ਹਰਕਤਾਂ ਕਰਦੇ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਹੁਣੇ ਪੰਪ ਕਰਾ ਕੇ ਲੈ ਗਏ, ਜਾ ਕੇ ਪੰਪ ਖੋਲ ਲਿਆ, ਪੰਪ ਦੇ ਗੱਲ ਪੈਣ ਲੱਗ ਗਏ ਜੀ ਤੁਹਾਡਾ ਪੰਪ ਖਰਾਬ ਆ। ਮੈਂ ਕਿਹਾ ਭਾਈ ਜੇ ਤੁਸੀਂ ਪੰਪ ਖੋਲਿਆ ਵੀ ਆ ਜਾਓ ਯਾਰ। ਇਹ ਇਹੋ ਜਿਹੀਆਂ ਗੱਲਾਂ ਜ਼ਿਮੀਂਦਾਰਾਂ 'ਚ ਬਹੁਤ ਕਸੂਰ ਨੇ। ਮੈਂ ਵੀ ਜ਼ਿਮੀਂਦਾਰ ਹਾਂ, ਮੈਂ ਰੋਜ਼ ਜ਼ਿਮੀਂਦਾਰਾਂ 'ਚ ਦੇਖਦਾ, ਸਾਡੇ 'ਚ ਇੰਨੀਆਂ ਘਾਟਾਂ ਨੇ ਨਾ, ਜਦੋਂ ਲੋਕ ਵੇਚਦੇ ਨੇ ਉਹਦਾ ਪਿਛਲਾ ਤੇਲ ਵੀ ਕੱਢ ਕੇ ਦਿੰਦੇ ਨੇ ਬਾਈ ਜੀ, ਲਾਈਟਾਂ ਵੀ ਖੋਲਦੇ ਨੇ। ਇਹ ਬਹੁਤ ਆਪਣੇ 100 ਚੋਂ 90 ਬੰਦਿਆਂ ਦਾ ਇਹ ਹਾਲ ਹੈ। ਛਾਤਰੀ ਨਹੀਂ ਛੱਡਣੀ, ਬੈਟਰੀ ਬਦਲਣੀ ਆ ਟਰੈਕਟਰ ਦੀ। ਆਪਣੇ ਲੋਕ ਐਡੇ ਚੰਗੇ ਨਹੀਂ ਜੇ ਤੁਸੀਂ ਕਹੋ। ਕਣਕ ਦੇ ਬੀਜ ਬਾਰੇ ਕੋਈ ਨਹੀਂ ਵੀਰ, ਹਾਲੇ ਕਣਕ ਦਾ ਜਦੋਂ ਨੇੜੇ ਆ ਜੂ ਨਾ ਫਿਰ ਦੱਸਾਂਗੇ, ਹਾਲੇ ਟਾਈਮ ਬਹੁਤ ਪਿਆ। ਆਪਣੇ ਲੋਕਾਂ 'ਚ ਵੀ ਬਹੁਤ ਘਾਟਾ ਨੇ, ਬੈਟਰੀਆਂ ਤੱਕ ਨਹੀਂ ਛੱਡਦੇ। ਕੋਈ ਚੀਜ਼ ਲੱਗੀ ਹੋਵੇ ਲਾਈਟਾਂ ਵੀ ਹਾਰਨ ਤੱਕ ਲਾਉਂਦੇ ਨੇ ਸੌਦਾ ਕਰਕੇ, ਸੌਦੇ ਤੋਂ ਪਹਿਲਾਂ ਜੋ ਮਰਜ਼ੀ ਲਾਉਣ। ਆਪਣੇ ਲੋਕਾਂ 'ਚ ਬਾਈ ਜੀ ਬਹੁਤ ਗਿਰਾਵਟ ਆ ਚੁੱਕੀ ਆ। ਮੇਰੀ ਬੇਨਤੀ ਆ ਚੰਗੀਆਂ ਗੱਲਾਂ ਕਰੀਏ, ਜ਼ਿਮੀਂਦਾਰ ਦਾ ਬੈਰੀ ਸਿਰਫ ਜ਼ਿਮੀਂਦਾਰ ਆ, ਹੋਰ ਕੋਈ ਨਹੀਂ। ਹੁਣ ਤੁਸੀਂ ਇਹ ਵੀ ਦੇਖੋ, ਇੱਥੇ ਦਿੱਲੀ ਇੱਕ ਧਰਨਾ ਲੱਗਿਆ ਵਾ, ਇੱਧਰ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਅਕਾਲੀਆਂ ਦੀਆਂ ਕਾਂਗਰਸੀਆਂ ਦੀਆਂ ਕਦੇ ਕੋਈ ਝਾੜੂ ਪਾਰਟੀ ਵਾਲੇ ਦੀਆਂ ਰੈਲੀਆਂ 'ਚ ਫਿਰੀ ਜਾਂਦੇ ਨੇ। ਸਾਡਾ ਸਟੈਂਡ ਕਿੱਥੇ ਆ ਯਾਰ, ਮੈਨੂੰ ਇਹ ਤਾਂ ਦੱਸੋ। ਅਸੀਂ ਇੱਕ ਦਾਰੂ ਦੀ ਬੋਤਲ 'ਤੇ ਤਾਂ ਲੋਕ ਬਕਾਊ ਹੋਏ ਪਏ ਹਾਂ, ਇਸੇ ਕਰਕੇ ਸਾਡਾ ਜੇ ਅਸੀਂ ਸਟੈਂਡ ਲਈਏ ਕਿ ਨੇਮ ਪਰਨ ਕਰੋ ਸਾਰੇ ਵੀ ਵੋਟ ਹੀ ਨਹੀਂ ਪਾਉਣੀ ਕਿਸੇ ਨੂੰ ਜੇ ਸਿੱਧੇ ਨਾ ਹੋ ਗਏ ਤੀਰ ਵਰਗੇ। ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਅਸੀਂ ਮੈਂ ਦੇਖਦਾ ਹੁੰਦਾ ਇੰਨਾ ਮਾੜਾ ਹਾਲ ਹੈ, ਇੰਨਾ ਕੁ ਮਾੜਾ ਹਾਲ ਹੈ ਸਾਡੇ ਲੋਕਾਂ ਦਾ। ਜੇ ਕਿਸੇ ਤੋਂ ਜੇ ਬੰਦਾ ਕੋਈ ਅਸੀਂ ਕਿਸੇ ਦੇ ਥੱਲੇ ਆ ਗਏ, ਇਹ ਥੋੜ੍ਹਾ ਕਿਸੇ ਕੋਈ ਪੈਸੇ ਦਿੰਦਾ, ਇੰਨਾ ਸਾਡੇ ਗਿਰਾਵਟ ਆ ਗਈ। ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਪਲੇਟਫਾਰਮ ਇਹੋ ਜਿਹਾ, ਇਹ ਤਾਂ ਗੱਲ ਕਹੀ ਹੋਈ ਅੱਗੇ ਜਾਂਦੀ ਆ। ਮੈਨੂੰ ਕੋਈ ਮਾੜਾ ਚੰਗਾ ਕਹਿੰਦਾ, ਮੈਂ ਉਸ ਚੱਕਰਾਂ 'ਚ ਪੈਣਾ ਨਹੀਂ ਚਾਹੁੰਦਾ, ਪਰ ਮੈਨੂੰ ਪਤਾ ਵੀ ਅੱਜ ਪਿੰਡਾਂ ਦੇ ਲੋਕਾਂ ਦਾ ਮਿਆਰ ਕੀ ਹੋ ਗਿਆ। ਪੈਸੇ ਕੋਈ ਨਹੀਂ ਕਿਸੇ ਦੇ ਕੇ ਰਾਜੀ, ਇੱਜ਼ਤ ਸਤਿਕਾਰ ਬਿਲਕੁਲ ਖਤਮ ਹੋ ਗਿਆ। ਠੀਕ ਆ ਜੀ, ਟਰੈਕਟਰ ਜਦੋਂ ਲੈਣਾ ਹੁੰਦਾ ਉਦੋਂ ਤਾਂ ਕਹਿੰਦੇ ਹਾਂ ਵੀ ਸਾਰਾ ਕੁਛ ਅਗਲਾ ਸਾਨੂੰ ਲਾ ਕੇ ਦੇ ਦੇਵੇ, ਆਪਣੀ ਜਾਨ ਵੀ ਉੱਪਰ ਰੱਖ ਕੇ ਦੇ ਦੇਵੇ। ਜਦੋਂ ਵੇਚਣਾ ਹੁੰਦਾ ਪਿੰਨਾ, ਟੌਪ ਲਿੰਕ ਵੀ ਅੱਜ ਤੱਕ ਜੇ 100 ਟਰੈਕਟਰ ਲਿਆ ਤਾਂ 100 ਚੋਂ 70 ਦੀਆਂ ਟਾਪ ਲਿੰਕਾਂ 50-50 ਰੁਪਈਏ ਵਾਲੀਆਂ ਕਬਾੜ 'ਚੋਂ ਲੈ ਲੈ ਕੇ ਪਾ ਕੇ ਦਿੰਦੇ ਨੇ। ਕਿਹੜੇ ਜੱਟਾਂ ਦੀਆਂ ਗੱਲਾਂ ਕਰਦੇ ਹੋ, ਟਾਪ ਲਿੰਕ ਨਹੀਂ ਕਿਸੇ ਨੇ ਅੱਜ ਤੱਕ ਸਹੀ ਦਿੱਤੀ। ਇੱਥੇ ਤੱਕ ਸਾਡੇ 'ਚ ਗਿਰਾਵਟ ਆ। ਮਾੜਾ ਡੀਲਰ ਹੈ, ਡੀਲਰ ਕੋਈ ਮਾੜਾ ਨਹੀਂ, ਡੀਲਰ ਤਾਂ ਸਮਾਨ ਲਾ ਕੇ ਦਿੰਦਾ। ਇਹ ਚੀਜ਼ਾਂ ਸਾਨੂੰ ਸੋਚਣੀਆਂ ਸਮਝਣੀਆਂ ਪੈਣਗੀਆਂ। ਜੇ ਕਿਸੇ ਨੂੰ ਲੱਗਦਾ ਮੈਂ ਗਲਤ ਕਹਿੰਦਾ, ਮੇਰੇ ਕੋਲ 5-7 ਦਿਨ ਰਹਿ ਕੇ ਦੇਖ ਲਓ ਹਾਲਾਤ ਕੀ ਨੇ। ਜਿੰਨੀ ਸਾਡੇ ਲੋਕਾਂ 'ਚ ਗਿਰਾਵਟ ਆ ਗਈ ਉਹਦਾ ਹੀ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ। ਸੋ ਵਕਤ ਨਾਲ ਸੁਧਰ ਜਾਓ, ਇਹ ਨਾ ਹੋਵੇ ਕਿ ਜਿਹੜਾ ਵਕਤ ਆ ਉਹ ਬੀਤ ਜਾਵੇ, ਵੇਲਾ ਹੀ ਹੱਥੋਂ ਲੰਘ ਜਾਵੇ। ਸਤਿ ਸ਼੍ਰੀ ਅਕਾਲ ਜੀ। ਇੰਨਾ ਸਾਡੇ ਗਿਰਾਵਟ ਆ, ਇੰਨੀ ਸਾਡੇ ਸਮਾਜ 'ਚ ਗਿਰਾਵਟ ਆ ਗਈ, ਤੁਸੀਂ ਸੋਚ ਹੀ ਨਹੀਂ ਸਕਦੇ। ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਸਾਡੇ ਲੋਕ ਕੀ ਹਰਕਤਾਂ ਕਰਦੇ ਨੇ। ਤੁਸੀਂ ਕਦੇ ਕਿਸੇ ਨੂੰ ਫੜ ਲੈਂਦੇ ਹੋ, ਫਲਾਣਾ ਆਏ ਆ, ਫਲਾਣਾ ਆਏ ਆ। ਕਦੇ ਜ਼ਿਮੀਂਦਾਰ ਬਾਰੇ ਵੀ ਸੋਚੋ, ਜ਼ਿਮੀਂਦਾਰ ਕੀ ਹਰਕਤਾਂ 'ਤੇ ਉਤਰਿਆ ਹੈ। ਸਾਡਾ ਮਿਆਰ ਇੰਨਾ ਥੱਲੇ ਗਿਰ ਗਿਆ, ਤੁਸੀਂ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਆ ਵੀ ਅਸੀਂ ਕੀ ਕਰਦੇ ਹਾਂ। ਜਦੋਂ ਟਰੈਕਟਰ ਵੇਚਣਾ ਹੁੰਦਾ 50 ਰੁਪਏ ਦੀ ਕਬਾੜੀਆਂ ਦੇ ਟਾਪ ਲਿੰਕ ਲਿਆਉਂਦੇ ਨੇ, ਦੂਈ ਲਾ ਕੇ ਘਰ ਰੱਖਦੇ ਨੇ, ਫਿਰ ਜ਼ਿਮੀਂਦਾਰ ਵਿਚਾਰਾ ਕਦਾ ਵਿਚਾਰਾ ਬਈ। ਜੀਰੀ ਓਕੇ ਆ ਵੀਰੇ, ਤਾਂ ਮੈਨੂੰ ਨਾ ਛੇੜਿਆ ਕਰੋ, ਮੇਰੇ ਤੋਂ ਕੁਛ ਨਾ ਕੁਛ ਕਿਹਾ ਕੁਹਾ ਜਾਂਦਾ, ਫਿਰ ਅਗਲਾ ਤੜਫਦਾ ਹੈ, ਗਲਤ ਬੋਲਦਾ। ਆ ਕੇ ਕਦੇ ਕਿਸੇ ਕੰਮ ਕਰਨ ਵਾਲਿਆਂ ਦੇ ਖਾਤੇ ਦੇਖਿਓ,
ਨਹੀਂ ਬੇਇੱਜ਼ਤੀ ਨਹੀਂ ਯਾਰ, ਮੈਂ ਕਰਨੀ ਚਾਹੁੰਦਾ ਕਿਸੇ ਦੀ, ਮੈਂ ਇਨਸਲਟ ਨਹੀਂ ਕਿਸੇ ਵੀ ਭੈਣ ਭਾਈ ਦੀ ਜਾਂ ਜਿਵੇਂ ਮੈਂ ਵੀ ਜ਼ਿਮੀਂਦਾਰਾਂ ਦਾ, ਮੇਰਾ ਮੰਨਣਾ ਵੀ ਸਾਡਾ 'ਚ ਸਟੈਂਡਰਡ ਇੰਨਾ ਗਿਰ ਗਿਆ, ਮੈਨੂੰ ਫੋਨ ਕਰਨਗੇ ਭਾਈ ਜੀ ਕੀ ਹਾਲ ਹੈ, ਟਰੈਕਟਰ ਦੱਸੋ ਕਿਹੜਾ ਲਈਏ, ਮੈਂ ਕਹਿੰਦਾ ਬਾਈ ਮੇਤੋਂ ਨਾ ਪੁੱਛ, ਤੁਸੀਂ ਆਪਣੇ ਪਰਿਵਾਰ 'ਚ ਸਲਾਹ ਕਰੋ ਤੁਸੀਂ ਕਿਹੜਾ ਲੈਣਾ, ਉਹ ਲਓ ਜੋ ਤੁਹਾਨੂੰ ਚੰਗਾ ਲੱਗਦਾ। ਉਹਤੋਂ ਬਾਅਦ ਨਹੀਂ ਬਾਈ ਜੀ ਤੁਸੀਂ ਦੱਸੋ, ਮੈਂ ਕਿਹਾ ਮੇਰੇ ਕਹੇ 'ਤੇ ਲੈਂਦਾ ਕੋਈ, ਫਿਰ ਪੁਚਕਾਰ ਕੇ ਬਾਈ ਰੇਟ ਕਿੰਨਾ, ਯਾਰ ਰੇਟ ਨੂੰ ਮੈਂ ਵੇਚਦਾ, ਜੀ ਤੋਂ ਲੈਣਾ ਉਹ ਤੋਂ ਰੇਟ ਪੁੱਛੋ, ਨਾਲੇ ਜੇ 7 ਲੱਖ ਵਾਲਾ 4.5 ਦਾ ਵੀ ਕਹਿਤਾ ਫਿਰ ਕਹਿਣਗੇ 3 ਦਾ ਹੈ ਤਾਂ, ਇਹ ਗੱਲਾਂ ਦਾ ਵੀਰ ਕੋਈ ਫਾਇਦਾ ਨਹੀਂ। ਸਿਆਣੇ ਬਣੀਏ, ਸਿਆਣੇ ਅੱਛੀਆਂ ਗੱਲਾਂ ਕਰੀਏ, ਜ਼ਬਾਨ 'ਤੇ ਆਪਾਂ ਖੜਨਾ ਸਿੱਖੀਏ, ਜ਼ਬਾਨ ਹੀ ਖਤਮ ਹੋ ਗਈ ਯਾਰ, ਕੋਈ ਦੀਨ ਮੱਝ ਪੈ ਨਹੀਂ ਰਿਹਾ, ਦੁੱਖ ਹੁੰਦਾ ਸਾਲਾ ਇਹ ਗੱਲਾਂ ਕਰਦੇ ਹੋਏ ਮੈਨੂੰ। ਨਹੀਂ ਉਹ ਤਾਂ ਅਨਮੋਲ ਠੀਕ ਆ ਛੋਟੇ ਭਾਈ ਤੇਰੀ ਗੱਲ, ਉਹ ਨਹੀਂ ਗੱਲ, ਪਰ ਉੱਦਾਂ ਕਹਿਣਾ ਬੰਦਾ ਵਿੱਚ ਕਰੀ ਜਾਂਦਾ ਸੀ ਬਾਈ ਹਿੰਦੀ ਮੇਂ ਬੋਲੋ, ਪਾਲ ਵਾਲੋ ਨੇ ਜੇ ਕਰ ਲਿਆ, ਉਹ ਯਾਰ ਤੁਸੀਂ ਨਹੀਂ ਜਾਣੋ, ਉਹ ਜਾਣ, ਮੈਂ ਕਦੋਂ ਕਿਹਾ ਵੀ ਤੁਸੀਂ ਜਾਓ ਬਾਈ, ਨਾ ਜਾਓ। ਚਲੋ ਬਹੁਤ ਹੋ ਗਈ, 42 ਮਿੰਟ ਦਾ ਲਾਈਵ ਹੋ ਗਿਆ ਯਾਰ, ਕਿਹੜਾ ਇਹਨੂੰ ਬਾਅਦ 'ਚ ਕਹੀ ਜਾਊਂਗੇ ਲੰਬਾ, ਮੈਂ ਆਪਣਾ ਕੋਈ ਕੰਮ ਕਾਰ ਕਰਾਂ ਥੋੜ੍ਹਾ ਮੋਟਾ, ਫਿਰ ਗੱਲਬਾਤ ਕਰਾਂਗੇ ਆਪਾਂ ਕਿਤੇ, ਠੀਕ ਹੈ। ਹੋਰ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦਾ, ਦੱਸਣਾ ਕੋਈ ਦੱਸ ਸਕਦਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ, ਹੋ ਸਕੇ ਤਾਂ ਦਿੱਲੀ ਧਰਨੇ 'ਤੇ ਜ਼ਰੂਰ ਜਾਇਓ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹਿਣੀ ਚਾਹੀਦੀ ਹੈ, ਪੰਜਾਬੀ ਸਾਡੀ ਲੈਂਗੁਏਜ ਜ਼ਿੰਦਾਬਾਦ ਹੈ, ਸਾਰਿਆਂ ਤੋਂ ਬਿਊਟੀਫੁੱਲ ਹੈ, ਸਾਰਿਆਂ ਤੋਂ ਸੋਹਣੀ ਹੈ, ਗੱਜ ਕੇ ਪੰਜਾਬੀ ਬੋਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।